ਅਤੇ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਸਤਿਗੁਰੂ ਦਾ ਪਾਵਨ ਪ੍ਰਕਾਸ਼ ਹੋਇਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕਾ, ਬੰਗਾਲ ਅਤੇ ਆਸਾਮ ਵਾਲੇ ਪਾਸੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਏ ਹੋਏ ਸਨ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਖਬਰ ਮਿਲੀ ਕਿ ਤੁਹਾਡੇ ਗ੍ਰਹਿ ਵਿਖੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਪੁੱਤਰ ਦਾ ਜਨਮ ਹੋਇਆ, ਸਾਡੇ ਸੰਸਾਰੀ ਜੀਵਾਂ ਦੇ ਵਾਸਤੇ ਦੁਨੀਆ ਦੀ ਸਭ ਤੋਂ ਵੱਡੀ ਇਹ ਖੁਸ਼ੀ ਹੁੰਦੀ ਹੈ ਕਿ ਪੁੱਤਰ ਦਾ ਜਨਮ ਹੋਣਾ। ਪਰ ਮਹਾਰਾਜ ਆਪਣਾ ਸਿੱਖੀ ਦਾ ਪ੍ਰਚਾਰ ਛੱਡ ਕੇ ਵਿੱਚੇ ਵਾਪਸ ਨਹੀਂ ਆਏ। ਮਹਾਰਾਜ ਨੇ ਆਪਣਾ ਸਿੱਖੀ ਦਾ ਪ੍ਰਚਾਰ ਜਾਰੀ ਰੱਖਿਆ, ਬਲਕਿ ਹੁਕਮਨਾਮਾ ਲਿਖ ਕੇ ਭੇਜ ਦਿੱਤਾ ਕਿ ਇਸ ਪੁੱਤਰ ਦਾ ਨਾਮ ਗੋਬਿੰਦ ਰੱਖਣਾ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਿਲਾਪ ਜਿਹੜਾ ਨਾ ਲਗਭਗ 3 ਸਾਲਾਂ ਬਾਅਦ ਜਾ ਕੇ ਹੋਇਆ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੀ ਕਰ ਸਕਦੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਗੋਬਿੰਦ ਰੱਖਿਆ ਗਿਆ। ਹੁਣ ਮਾਤਾ ਗੁਜਰ ਕੌਰ ਜੀ ਨੇ ਉਹਨਾਂ ਨੂੰ ਗੁਰਮੁਖੀ ਸਿਖਾਈ। ਬਿਹਾਰ ਦੇ ਵਿੱਚ ਰਹਿੰਦਿਆਂ ਹੋਇਆਂ ਬਿਹਾਰੀ ਬੱਚਿਆਂ ਦੇ ਕੋਲੋਂ ਉਹਨਾਂ ਨੇ ਬਿਹਾਰੀ ਭਾਸ਼ਾ ਜਿਹੜੀ ਸੀ ਉਹ ਲਗਭਗ ਸਿੱਖ ਲਈ। ਮਾਮਾ ਕਿਰਪਾਲ ਚੰਦ ਜੀ ਨਿਗਰਾਨੀ ਕਰਦੇ ਹੈ ਅਤੇ ਸਹਿਜੇ ਸਹਿਜੇ ਜਦੋਂ ਗੁਰੂ ਗੋਬਿੰਦ ਰਾਏ ਜੀ, ਗੋਬਿੰਦ ਦਾਸ ਜੀ ਵੱਡੇ ਹੋਏ, ਉਹਨਾਂ ਨੇ ਆਪਣੇ ਹਾਣੀਆਂ ਦੇ ਨਾਲ ਢਾਣੀਆਂ ਬਣਾ ਕੇ ਨਕਲੀ ਜੰਗਾਂ ਕਰਨੀਆਂ ਸ਼ੁਰੂ ਕੀਤੀਆਂ। ਜਿਸ ਵੇਲੇ ਦੇ ਨਾਲ ਨਕਲੀ ਜੰਗਾਂ ਕਰਦੇ ਹੈ ਉਹ ਸਪਸ਼ਟ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵੱਡਾ ਰੂਪ ਦੇਣਾ ਚਾਹੁੰਦੇ ਸੀ, ਲੋਕਾਂ ਦੇ ਅੰਦਰ ਅਣਖ ਗੈਰ ਅਤੇ ਸਵੈ ਮਾਨ ਭਰਨਾ ਚਾਹੁੰਦੇ ਸੀ, ਕਿਉਂਕਿ ਜਿਹੜੇ ਭਾਰਤ ਦੇ ਮੁਰਦਾ ਹੋਏ ਲੋਕ ਸੀ ਇਹ ਸਾਹ ਸੱਤ ਹੀਣੇ, ਇੱਥੋਂ ਤੱਕ ਕਿ ਕਾਇਰ ਅਤੇ ਬੁੱਝ ਦਿਲ ਬਣੇ ਹੋਏ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦੇ ਵਿੱਚ ਅਣਖ ਅਤੇ ਵੀਰਤਾ ਭਰਨੀ ਹੈ, ਬਚਪਨ ਤੋਂ ਹੀ ਨਕਲੀ ਜੰਗਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਦਿਨ ਕਿਹਾ ਗਿਆ ਕਿ ਇਸ ਰਸਤੇ ਦੇ ਥਾਣੀ ਨਵਾਬ ਦੀ ਸਵਾਰੀ ਲੰਘਣੀ ਹੈ, ਔਰ ਉਸ ਵੇਲੇ ਨਵਾਬ ਦੇ ਸਿਪਾਹੀਆਂ ਨੇ ਕਿਹਾ ਕਿ ਬੱਚਿਓ, ਤੁਸੀਂ ਸਾਰਿਆਂ ਨੇ ਨਵਾਬ ਨੂੰ ਝੁੱਕ ਕੇ ਸਲਾਮ ਕਰਨੀ ਹੈ। ਅਤੇ ਉਸ ਵੇਲੇ ਦੇ ਨਾਲ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਹਾਣੀਆਂ ਨੂੰ ਕਿਹਾ, ਨਹੀਂ, ਅਸੀਂ ਕਿਸੇ ਨਵਾਬ ਨੂੰ ਝੁੱਕ ਕੇ ਸਲਾਮ ਨਹੀਂ ਕਰਨੇ। ਕੀ ਕਰਨਾ ਹੈ? ਗੋਬਿੰਦ ਰਾਏ ਜੀ ਕਹਿਣ ਲੱਗੇ, ਕਹਿੰਦੇ ਆਪਾਂ ਦੰਦ ਖੜਾ ਕੇ ਜਾਣਾ ਹੈ। ਦੰਦ ਖੜਾਉਣ ਦਾ ਭਾਵ ਹੁੰਦਾ ਕਿ ਕਿਸੇ ਨੂੰ ਮਜ਼ਾਕ ਕਰਨਾ। ਜਦੋਂ ਨਵਾਬ ਦੀ ਸਵਾਰੀ ਲੰਘੀ ਅਤੇ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਜਿਹੜੇ ਬਾਕੀ ਦੇ ਹਾਣੀ ਸੀ, ਬਾਕੀ ਦੇ ਸਾਥੀ ਸੀ, ਉਹ ਸਾਰੇ ਦੰਦ ਖੜਾ ਕੇ ਦੌੜ ਗਏ। ਸੁਭਾਵਕ ਸੀ ਕਿ ਸਿੱਖਾਂ ਦੇ ਮਨ ਵਿੱਚ ਇਸ ਗੱਲ ਦਾ ਡਰ ਆਇਆ ਕਿ ਸਮੇਂ ਦਾ ਹਾਕਮ ਔਰੰਗਜ਼ੇਬ ਹੈ, ਇਹਨਾਂ ਜ਼ਾਲਮ ਬਾਦਸ਼ਾਹ, ਉਹਨੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਛੱਡਿਆ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਚਿੱਠੀ ਲਿਖੀ। ਚਿੱਠੀ ਲਿਖ ਕੇ ਕਿਹਾ ਕਿ ਸਤਿਗੁਰੂ ਜੀ, ਬਾਲ ਗੁਰੂ ਗੋਬਿੰਦ ਰਾਏ ਜੀ ਨੂੰ ਵਰਜਿਆ ਜਾਏ। ਅੱਜ ਨਵਾਬ ਨੂੰ ਜਿਹੜਾ ਹੈ ਉਹ ਦੰਦ ਖੜਾ ਕੇ ਗਿਆ ਹੈ, ਕੱਲ੍ਹ ਨੂੰ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਹੈ,
ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦੋਂ ਚਿੱਠੀ ਪੜ੍ਹੀ ਨਾ ਕਿ ਬਾਲ ਗੋਬਿੰਦ ਰਾਏ ਨੂੰ ਵਰਜਿਆ ਜਾਏ, ਉਹਨਾਂ ਨੇ ਜਵਾਬ ਦੇ ਵਿੱਚ ਸਿੱਖਾਂ ਨੂੰ ਹੁਕਮਨਾਮਾ ਲਿਖ ਕੇ ਭੇਜਿਆ। ਕੀ ਹੁਕਮਨਾਮਾ ਲਿਖਿਆ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਲਿਖਿਆ, ਕਹਿਣ ਲੱਗੇ ਗੋਬਿੰਦ ਜੋ ਕੀਆ ਭਲਾ ਕੀਆ, ਜੋ ਮੇਰੇ ਪੁੱਤਰ ਨੇ ਕੀਤਾ ਠੀਕ ਕੀਤਾ। ਅਗਲੀ ਗੱਲ ਵੀ ਲਿਖੀ, ਮੰਨ ਲਓ ਨਵਾਬ ਨੂੰ ਦੰਦ ਖੜਾਏ ਹੈ, ਕੱਲ੍ਹ ਨੂੰ ਕੋਈ ਉਲਾਮਾ ਦੇਣ ਵਾਸਤੇ ਆ ਸਕਦਾ ਹੈ, ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਕੱਲ੍ਹ ਨੂੰ ਕੋਈ ਸਰਕਾਰੀ ਅਹਿਲਕਾਰ ਉਲਾਮਾ ਦੇਣ ਵਾਸਤੇ ਆਵੇ ਤਾਂ ਫਿਰ ਪਾਬੰਦੀ ਦੇਣੀ, ਸਰਹੰਦੀ ਨਾ ਦੇਣੀ, ਮੇਰੇ ਪੁੱਤਰ ਦੇ ਪੈਰਾਂ ਵਾਲੇ ਪਾਸੇ ਬਿਠਾਇਓ, ਕਿਤੇ ਮੇਰੇ ਪੁੱਤਰ ਦੇ ਸਰਾਣੇ ਵਾਲੇ ਪਾਸੇ ਨਾ ਬਿਠਾ ਦਿਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਦੋਂ ਹੀ ਜਾਣਦੇ ਸੀ ਕੀ ਕੁਝ ਹੋਣ ਵਾਲਾ ਹੈ। ਫਿਰ ਬਾਲ ਗੁਰੂ ਗੋਬਿੰਦ ਰਾਏ ਜੀ ਨੇ, ਇਹ ਤੁਸੀਂ ਸਾਰਿਆਂ ਨੇ ਸੁਣਿਆ ਹੈ ਵੀ ਆਪਣੇ ਕੰਗਣ ਜਿਹੜੇ ਸੀ ਲਾ ਕੇ ਉਸ ਵੇਲੇ ਗੰਗਾ ਦੇ ਵਿੱਚ ਸੁੱਟ ਦਿੱਤੇ। ਕੰਗਣਾਂ ਦੀ ਕੋਈ ਗੱਲ ਥੋੜ੍ਹੀ ਹੈ, ਗੱਲ ਤਾਂ ਇਹ ਸੀ ਸਤਿਗੁਰੂ ਇੱਕ ਗੱਲ ਦਰਸਾਉਣੀ ਚਾਹੁੰਦੇ ਸੀ, ਇਹ ਭਾਰਤ ਦੇ ਲੋਕ ਗੁਲਾਮ ਬਣ ਚੁੱਕੇ ਸੀ, ਉਸੇ ਗੰਗਾ ਦੇ ਕਿਨਾਰੇ ਦੇ ਉੱਪਰ ਖਲੋ ਕੇ ਵੱਡੇ ਵੱਡੇ ਸਮਰਾਟਾਂ ਨੇ, ਇੱਥੋਂ ਤੱਕ ਸਮਰਾਟ ਅਸ਼ੋਕ ਨੇ ਆਪਣੀ ਤਲਵਾਰ ਵਗਾ ਕੇ ਗੰਗਾ ਦੇ ਵਿੱਚ ਮਾਰੀ। ਕਹਿਣ ਲੱਗਿਆ, ਕਹਿੰਦਾ ਮੈਂ ਨਹੀਂ ਲੜ ਸਕਦਾ, ਇਹ ਖੂਨ ਖਰਾਬਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਅਤੇ ਸਮਰਾਟ ਵਰਗਿਆਂ ਨੇ ਤਲਵਾਰਾਂ ਜਿਹੜੀਆਂ ਸੀ ਉਹ ਗੰਗਾ ਦੇ ਵਿੱਚ ਸੁੱਟੀਆਂ, ਭਾਰਤ ਗੁਲਾਮ ਹੋ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੱਲ ਦਰਸਾਉਣਾ ਚਾਹੁੰਦੇ ਸੀ, ਉਹ ਸਮਰਾਟੋ ਰਾਜਿਓ ਤੁਸੀਂ ਤਲਵਾਰਾਂ ਸੁੱਟੀਆਂ। ਸਤਿਗੁਰੂ ਕਹਿਣ ਲੱਗੇ ਮੈਂ ਕੰਗਣ ਸੁੱਟ ਕੇ ਉਸੇ ਗੰਗਾ ਦੇ ਵਿੱਚ ਤੁਹਾਡੇ ਹੱਥ ਵਿੱਚ ਤਲਵਾਰ ਫੜਾਉਣੀ ਚਾਹੁੰਦਾ ਹਾਂ। ਸਤਿਗੁਰੂ ਨੇ ਆਪਣੇ ਕੰਗਣ ਸੁੱਟੇ। ਫਿਰ ਮਹਾਰਾਜ ਨੇ ਕੌਤਕ ਕਰਨ ਤੋਂ ਬਾਅਦ ਆਖਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੰਜਾਬ ਵਾਲੇ ਪਾਸੇ ਆਏ, ਅਤੇ ਉਸ ਵੇਲੇ ਸਤਿਗੁਰੂ ਦਾ ਪਰਿਵਾਰ ਜਿਹੜਾ ਸੀ ਉਹ ਵੀ ਪੰਜਾਬ ਵਾਲੇ ਪਾਸੇ ਆਇਆ। ਸਾਰਿਆਂ ਤੋਂ ਪਹਿਲਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਪਰ ਕੁਝ ਸਮਾਂ ਰਹੇ, ਫਿਰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜਾ ਕੇ ਸਤਿਗੁਰੂ ਬਿਰਾਜਮਾਨ ਹੋਏ। ਅਨੰਦਪੁਰ ਸਾਹਿਬ ਦੀ ਗੱਲ ਕਰੀਏ, ਪਹਿਲਾਂ ਵੀ ਆਪਾਂ ਕੀਤੀ ਸੀ ਕਿ ਰਾਣੀ ਚੰਪਾ ਦੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮੁੱਲ ਖਰੀਦ ਕੇ ਜ਼ਮੀਨ 19 ਜੂਨ ਅਤੇ 1665 ਈਸਵੀ ਨੂੰ ਮੋੜੀ ਗੱਡ ਕੇ ਨਵਾਂ ਨਗਰ ਵਸਾਇਆ, ਉਹਦਾ ਨਾਮ ਰੱਖਿਆ ਸੀ ਚੱਕ ਨਾਨਕੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਉਮਰ ਦੇ ਵਿੱਚ 5 ਵਰ੍ਹਿਆਂ ਦੀ ਉਮਰ ਦੇ ਵਿੱਚ ਇੱਥੇ ਆਏ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ, ਜਦੋਂ ਅਨੰਦ ਸਾਹਿਬ ਦੀਆਂ 5 ਪੌੜੀਆਂ ਦਾ ਜਾਪ ਹੋਇਆ, ਸਤਿਗੁਰੂ ਕਹਿਣ ਲੱਗੇ ਬਹੁਤ ਆਨੰਦ ਆਇਆ, ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਪੁੱਤਰਾ ਜੇ ਤੈਨੂੰ ਆਨੰਦ ਆਇਆ ਅੱਜ ਤੋਂ ਬਾਅਦ ਇਹ ਅਨੰਦਪੁਰ ਸਾਹਿਬ ਹੀ ਹੈ। ਅਨੰਦਪੁਰ ਸਾਹਿਬ, ਆਨੰਦ ਸ਼ਬਦ ਜਿਹੜਾ ਹੈ ਨਾ ਉਹਦਾ ਕੋਈ ਵਿਰੋਧੀ ਸ਼ਬਦ ਨਹੀਂ ਹੁੰਦਾ। ਜੇ ਆਪਾਂ ਕਹੀਏ ਸੁੱਖ, ਅਤੇ ਸੁੱਖ ਦਾ ਵਿਰੋਧੀ ਸ਼ਬਦ ਹੁੰਦਾ ਦੁੱਖੇ ਦਾ, ਮਤਲਬ ਅੱਜ ਸੁੱਖ ਹੈ ਕੱਲ੍ਹ ਦੁੱਖ ਵੀ ਆ ਸਕਦਾ ਹੈ, ਜੇ ਅੱਜ ਕਿਸੇ ਕੋਲ ਹਾਸਾ ਹੈ ਕੱਲ੍ਹ ਨੂੰ ਰੋਣਾ ਵੀ ਆ ਸਕਦਾ ਹੈ, ਪਰ ਆਨੰਦ ਸ਼ਬਦ ਦਾ ਕੋਈ ਵਿਰੋਧੀ ਹੁੰਦਾ ਹੀ ਨਹੀਂ। ਆਨੰਦ ਆਉਂਦਾ ਹੀ ਉਦੋਂ ਹੈ ਜਦੋਂ ਗੁਰੂ ਕਿਰਪਾ ਕਰਦੇ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ
ਆਨੰਦਪੁਰ ਤੇ ਜਾਣਿਆ। ਜਦੋਂ ਗੁਰੂ ਅੰਦਰ ਦੇ ਪਾਪ ਕੱਟ ਦਿੰਦਾ ਹੈ, ਕਿਲ ਵਿਖ ਕੱਟ ਦਿੰਦਾ ਹੈ, ਗੁਰੂ ਅੰਦਰ ਸ਼ਬਦ ਦਾ ਪ੍ਰਕਾਸ਼ ਕਰ ਦਿੰਦਾ, ਉਦੋਂ ਮਨੁੱਖ ਦੇ ਅੰਦਰ ਆਨੰਦ ਆਉਂਦਾ ਹੈ। ਅਤੇ ਸਤਿਗੁਰੂ ਨੇ ਬਾਹਰੀ ਤੌਰ ਦੇ ਉੱਪਰ ਨਗਰ ਦਾ ਨਾਮ ਹੀ ਆਨੰਦਪੁਰ ਸਾਹਿਬ ਰੱਖਤਾ, ਕਿਉਂਕਿ ਸਿੱਖ ਨੂੰ ਆਨੰਦਪੁਰ ਸਾਹਿਬ ਦਾ ਵਾਸੀ ਬਣਾਉਣਾ ਹੈ, ਉੱਦਾਂ ਦਾ ਰਾਜ ਭਾਗ ਦੇਣਾ ਹੈ, ਉੱਦਾਂ ਦਾ ਆਨੰਦ ਦੇਣਾ ਹੈ ਜਿਹਦਾ ਜ਼ਿਕਰ ਪਾਵਨ ਗੁਰਬਾਣੀ ਵਿੱਚ ਪਹਿਲਾਂ ਹੀ ਭਗਤ ਸਾਹਿਬਾਨ ਨੇ ਕੀਤਾ ਹੈ ਕਿ ਬੇਗਮਪੁਰਾ ਸਹਿਰ ਕੋ ਨਾਓ ਦੁੱਖ ਅੰਦੋ ਨਹੀਂ ਤੈ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹੇ ਖੂਬ ਵਤਨ ਗਏ ਪਾਏ। ਜਿੱਥੇ ਨਾ ਕੋਈ ਟੈਕਸ ਹੈ, ਨਾ ਜਿੱਥੇ ਕੋਈ ਬੇਈਮਾਨੀ, ਜਿੱਥੇ ਕੇਵਲ ਆਨੰਦ ਹੀ ਆਨੰਦ ਹੈ, ਇੱਦਾਂ ਦਾ ਰਾਜ ਚਾਹੀਦਾ ਹੈ। ਉਹਨੂੰ ਹਲੀਮੀ ਰਾਜ ਵੀ ਕਿਹਾ ਹੈ, ਹੁਣ ਹੋਆ ਹਲੀਮੀ ਰਾਜ ਜੀਓ। ਆਨੰਦਪੁਰ ਸਾਹਿਬ ਨਗਰ ਦਾ ਨਾਮ ਰੱਖਿਆ ਗਿਆ, ਇਹ ਇਕੱਲਾ ਨਗਰ ਦਾ ਨਾਮ ਹੀ ਨਹੀਂ, ਇਹ ਸਿੱਖ ਦੇ ਅੰਦਰ ਦੀ ਅਵਸਥਾ ਹੈ। ਫਿਰ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਇੱਥੇ ਰਹਿ ਕੇ ਵਿਦਿਆ ਪ੍ਰਾਪਤ ਕੀਤੀ। ਉਹਨਾਂ ਨੇ ਆਪ ਜ਼ਿਕਰ ਕੀਤਾ ਆਪਣੀ ਪਾਵਨ ਗੁਰਬਾਣੀ ਦੇ ਅੰਦਰ, ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛੇਛਾ। ਫਿਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਉਹਨਾਂ ਨੂੰ ਹਰ ਪ੍ਰਕਾਰ ਦੀ ਵਿਦਿਆ ਜਿਹੜੀ ਸੀ ਮੁਹੱਈਆ ਕਰਵਾਈ ਗਈ। ਉਹਨਾਂ ਨੂੰ ਅਰਬੀ ਫਾਰਸੀ ਸਿਖਾਈ ਗਈ, ਉਹਨਾਂ ਨੂੰ ਗੁਰਮੁਖੀ ਸਿਖਾਈ ਗਈ, ਉਹਨਾਂ ਨੂੰ ਕਿਰਪਾ ਰਾਮ ਦੱਤ ਨੇ ਸੰਸਕ੍ਰਿਤ ਸਿਖਾਈ, ਫਿਰ ਉਹਨਾਂ ਨੂੰ ਤੀਰ ਅੰਦਾਜ਼ੀ, ਘੋੜ ਸਵਾਰੀ, ਤਲਵਾਰਬਾਜ਼ੀ, ਹਰ ਤਰ੍ਹਾਂ ਦੀ ਵਿਦਿਆ ਜਿਹੜੀ ਸੀ ਬਾਲ ਗੁਰੂ ਗੋਬਿੰਦ ਰਾਏ ਜੀ ਨੂੰ ਸਿਖਾਈ ਗਈ। ਕਹਿੰਦੇ ਹਰ ਪ੍ਰਕਾਰ ਦੀ ਵਿਦਿਆ ਮੁਹੱਈਆ ਕਰਵਾਈ। ਖਿਮਾ ਕਰਨਾ, ਅਸੀਂ ਉਸੇ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਕਿੰਨੀ ਕੁ ਵਿਦਿਆ ਸਿਖਾਉਂਦੇ ਹਾਂ। ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਕੇਵਲ ਸਕੂਲ ਦੇ ਵਿੱਚ ਪੜ੍ਹਾਈ 'ਤੇ ਜ਼ੋਰ ਹੈ, ਕਦੇ ਧਰਮ ਦੀ ਵਿਦਿਆ ਦੇਣ ਦਾ ਯਤਨ ਨਹੀਂ ਕੀਤਾ। ਅਤੇ ਖਿਮਾ ਕਰ ਦੇਣਾ, ਕੌਨਵੇਟਾਂ ਦੇ ਵਿੱਚ ਭੇਜ ਭੇਜ ਕੇ ਸਾਡੇ ਬੱਚੇ ਵੀ ਨੱਕ 'ਤੇ ਹੱਥ, ਨੱਕ ਦੇ ਉੱਪਰ ਅਤੇ ਮੱਥੇ ਨੂੰ ਚੁੰਮ ਚੁੰਮ ਕੇ ਉੱਦਾਂ ਦੇ ਬਣਦੇ ਜਾ ਰਹੇ, ਉਹਨਾਂ ਨੂੰ ਭੁੱਲ ਹੀ ਗਿਆ ਹੈ ਕਿ ਗੁਰਮਤ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। ਅਤੇ ਜੇ ਗੁਰਬਾਣੀ ਤੋਂ ਬਿਨਾਂ ਕੇਵਲ ਅਤੇ ਕੇਵਲ ਸਕੂਲ ਦੀ ਖੁਸ਼ਕ ਵਿਦਿਆ ਦੇਵਾਂਗੇ ਤਾਂ ਉਹ ਬੱਚਾ ਕਦੇ ਚੰਗਾ ਇਨਸਾਨ ਨਹੀਂ ਬਣ ਸਕਦਾ। ਹਾਂ, ਪੜ੍ਹ ਕੇ ਕੱਲ੍ਹ ਨੂੰ ਦੁਨਿਆਵੀ ਤੌਰ 'ਤੇ ਕੋਈ ਅਹੁਦਾ ਪ੍ਰਾਪਤ ਕਰ ਲਏ ਤਾਂ ਵੱਖਰੀ ਗੱਲ ਹੈ, ਪਰ ਮਾਫ਼ ਕਰਨਾ, ਉਹ ਚੰਗਾ ਇਨਸਾਨ ਨਹੀਂ ਬਣੇਗਾ, ਤੁਹਾਡੀ ਕਦਰ ਕਰਨ ਵਾਲਾ ਨਹੀਂ ਬਣ ਸਕਦਾ, ਉਹਦੇ ਤੋਂ ਆਸ ਨਹੀਂ ਰੱਖੀ ਜਾ ਸਕਦੀ ਕੱਲ੍ਹ ਨੂੰ ਵੱਡਾ ਹੋ ਕੇ ਸੁੱਖ ਦੇਵੇਗਾ, ਕਦੇ ਵੀ ਨਹੀਂ ਦੇ ਸਕਦਾ। ਜੇ ਚਾਹੁੰਦੇ ਹਾਂ ਕਿ ਬੱਚਾ ਆਗਿਆਕਾਰੀ ਹੋਏ ਤਾਂ ਉਹਨੂੰ ਗੁਰਮਤ ਦੀ ਵਿਦਿਆ, ਗੁਰਬਾਣੀ ਦੀ ਵਿਦਿਆ ਦੇਣੀ ਅਤਿ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਨੂੰ ਮੇਰੇ ਪਿਤਾ ਨੇ ਹਰ ਪ੍ਰਕਾਰ ਦੀ ਵਿਦਿਆ ਦਿੱਤੀ, ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛੇਛਾ, ਹਰ ਪ੍ਰਕਾਰ ਦੀ ਸ਼ਿਕਸ਼ਾ ਸਿੱਖਿਆ ਮੈਨੂੰ ਮੁਹੱਈਆ ਕਰਵਾਈ ਗਈ। ਜਬ ਹਮ ਕਰਮ ਧਰਮ ਕੋ ਆਏ ਦੇਵ ਲੋਕ ਤਬ ਪਿਤਾ ਸਧਾਏ। ਕਹਿੰਦੇ ਫਿਰ ਜਦੋਂ ਵੇਖਿਆ ਸੰਸਾਰ ਵਾਲੇ ਪਾਸੇ ਨੂੰ, ਧਰਮ ਵਾਲੇ ਪਾਸੇ ਨੂੰ, ਕਰਮ ਵਾਲੇ ਪਾਸੇ ਨੂੰ, ਜਦੋਂ ਫਿਰ ਸੰਸਾਰ ਦੇ ਕਰਮ ਵਿੱਚ ਪੈਰ ਧਰਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਸ ਵੇਲੇ ਦੇਵ ਲੋਕ ਦਾ ਪਿਤਾ ਸਦਾਏ, ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ, ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ ਗੁਰੂ ਗੋਬਿੰਦ ਰਾਏ ਜੀ। ਚਲੋ ਆਪਾਂ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਕਹਿੰਦੇ, ਇਸ ਕਰਕੇ ਆਪਾਂ ਗੁਰੂ ਗੋਬਿੰਦ ਸਿੰਘ ਸ਼ਬਦ ਵਰਤਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਸਤਿਗੁਰੂ ਨੇ ਇੱਕ ਗੱਲ ਵੇਖ ਲਈ ਕਿ ਪਿਆਰ ਦੇ ਨਾਲ ਸ਼ਹਾਦਤ ਦੇਣ ਤੋਂ ਬਾਅਦ ਵੀ ਜ਼ਾਲਮ ਜਿਹੜਾ ਹੈ ਨਾ,
ਉਹ ਆਪਣੇ ਕੀਤੇ ਹੋਏ ਕਰ ਰਹੇ ਪਾਪ ਤੋਂ ਜਿਹੜਾ ਪਿੱਛੇ ਨਹੀਂ ਹਟਿਆ, ਅਜੇ ਵੀ ਲੋਕਾਂ 'ਤੇ ਜ਼ੁਲਮ ਕਰ ਰਿਹਾ, ਧੱਕੇ ਨਾਲ ਗਰੀਬ ਪਰਜ਼ਾ ਨੂੰ ਪੈਰ ਥੱਲੇ ਲਤਾੜ ਰਿਹਾ ਹੈ। ਅਤੇ ਸਤਿਗੁਰੂ ਨੇ ਫਿਰ ਸਮੇਂ ਦੇ ਉੱਪਰ ਜਿਹੜੇ ਔਰੰਗਜ਼ੇਬ ਨੇ ਫੁਰਮਾਨ ਦੇ ਰੱਖੇ ਸੀ ਉਹਨਾਂ ਸਾਰਿਆਂ ਦੇ ਉਲਟ ਕਾਰਜ ਕਰਨਾ ਸ਼ੁਰੂ ਕਰਦਾ। ਔਰੰਗਜ਼ੇਬ ਕਹਿੰਦਾ ਕੋਈ ਦਸਤਾਰ ਨਹੀਂ ਬਣ ਸਕਦਾ। ਮਹਾਰਾਜ ਕਹਿਣ ਲੱਗੇ ਮੇਰੇ ਸਿੱਖ ਦਸਤਾਰ ਬਣਨਗੇ। ਸਿੱਖਾਂ ਨੇ ਦੁਮਾਲੇ ਸਜਾਉਣੇ ਸ਼ੁਰੂ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੌਂਡਾ ਸਾਹਿਬ ਦੀ ਧਰਤੀ 'ਤੇ ਦਸਤਾਰ ਮੁਕਾਬਲੇ ਵੀ ਕਰਵਾਏ। ਔਰੰਗਜ਼ੇਬ ਕਹਿਣ ਲੱਗਿਆ ਕੋਈ ਘੋੜਸਵਾਰੀ ਨਹੀਂ ਕਰ ਸਕਦਾ। ਸਤਿਗੁਰੂ ਕਹਿਣ ਲੱਗੇ ਸਿੱਖੋ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ, ਨਾਲੇ ਸਿੱਖ ਘੋੜੇ ਸਵਾਰੀ ਕਰਦੇ, ਨਾਲੇ ਸ਼ਿਕਾਰ ਖੇਡਣ ਵਾਸਤੇ ਜਾਂਦੇ। ਔਰੰਗਜ਼ੇਬ ਕਹਿਣ ਲੱਗਿਆ ਕਹਿੰਦਾ ਕੋਈ ਨਗਾਰਾ ਨਹੀਂ ਵਜਾ ਸਕਦਾ। ਇੱਥੋਂ ਤੱਕ ਉਹਦੇ ਆਪਣੇ ਪੁੱਤਰ ਸ਼ਹਿਜ਼ਾਦਾ ਮੌਜ਼ਮ ਨੇ ਜਦੋਂ ਸੂਬੇਦਾਰ ਬਣਿਆ ਨਾ ਉਹਨੇ ਨਗਾਰਾ ਵਜਾਇਆ। ਔਰੰਗਜ਼ੇਬ ਨੇ ਸੱਦ ਕੇ ਉਸੇ ਵੇਲੇ ਝਿੜਕ ਕੇ ਕਿਹਾ ਤੈਨੂੰ ਢੋਲ ਵਜਾਉਣ ਦਾ ਹੱਕ ਹੈ, ਨਗਾਰਾ ਵਜਾਉਣ ਦਾ ਹੱਕ ਨਹੀਂ, ਨਗਾਰਾ ਵਜਾਉਣ ਦਾ ਹੱਕ ਕੇਵਲ ਮੈਨੂੰ ਹੈ। ਆਪਣੇ ਪੁੱਤਰਾਂ ਨੂੰ ਜਿਹੜਾ ਨਗਾਰਾ ਵਜਾਉਣ ਦਾ ਹੱਕ ਨਹੀਂ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਣਜੀਤ ਨਗਾਰਾ ਤਿਆਰ ਕਰਵਾਇਆ ਹੈ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਵੇਰੇ ਸ਼ਾਮ ਰਣਜੀਤ ਨਗਾਰਾ ਵਜਾਇਆ ਜਾਂਦਾ। ਜਦੋਂ ਸਤਿਗੁਰੂ ਜੰਗ ਵਾਲੇ ਪਾਸੇ ਨੂੰ ਚੜ੍ਹਦੇ ਉਦੋਂ ਰਣਜੀਤ ਨਗਾਰਾ ਵੱਜਦਾ, ਜਦੋਂ ਸਤਿਗੁਰੂ ਸ਼ਿਕਾਰ ਖੇਡਣ ਵਾਸਤੇ ਜਾਂਦੇ ਉਦੋਂ ਰਣਜੀਤ ਨਗਾਰਾ ਵਜਾਇਆ ਜਾਂਦਾ। ਮੈਨੂੰ ਖਿਮਾ ਕਰੋਗੇ, ਕਿਉਂਕਿ ਜੇ ਅੱਜ ਦੀ ਗੱਲ ਨਾ ਕਰੀਏ ਤਾਂ ਫਿਰ ਗੱਲ ਨਹੀਂ ਬਣਦੀ। ਇਤਿਹਾਸ ਸਿੱਖਣ ਵਾਸਤੇ ਹੁੰਦਾ ਹੈ। ਗੁਰਦੁਆਰਾ ਸਾਹਿਬ ਦੀਆਂ ਨਾ ਖਾਸ ਤੌਰ 'ਤੇ 5 ਕੁ ਨਿਸ਼ਾਨੀਆਂ ਹੁੰਦੀਆਂ। ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ, ਉੱਥੇ ਸੰਗਤ ਹੋਣੀ ਚਾਹੀਦੀ ਹੈ, ਉੱਥੇ ਪੰਗਤ ਹੋਣੀ ਚਾਹੀਦੀ ਹੈ, ਉੱਥੇ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੈ, ਅਤੇ ਉੱਥੇ ਨਗਾਰਾ ਹੋਣਾ ਚਾਹੀਦਾ ਹੈ। ਜੇ ਨਗਾਰਾ ਨਹੀਂ, ਇਹਦਾ ਮਤਲਬ ਜੋ ਸੁਪਨਾ ਜਾਂ ਜੋ ਸਿੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੇ ਗਏ, ਖਿਮਾ ਕਰ ਦੇਣਾ, ਸਾਡੇ ਬਹੁਤੇ ਪਿੰਡਾਂ ਦੇ ਵਿੱਚ ਨਹੀਂ ਹੈਗਾ, ਕਿਤੇ ਵੀ ਨਹੀਂ ਹੈਗਾ। ਸਾਡੇ ਤਾਂ ਨਿਸ਼ਾਨ ਸਾਹਿਬ ਲਾ ਤੇ ਅਗਲਿਆਂ ਨੇ, ਨਿਸ਼ਾਨ ਸਾਹਿਬ ਤੋਂ ਬਿਨਾਂ ਗੁਰਦੁਆਰਾ ਸਾਹਿਬ ਕਿਵੇਂ ਹੋ ਸਕਦਾ ਹੈ? ਗੁਰਦੁਆਰਾ ਸਾਹਿਬ ਦਾ ਨਾਂ ਬਦਲਤਾ ਕੀ ਰੱਖਿਆ ਤੁਸੀਂ ਜਾਣਦੇ? ਗੁਰਦੁਆਰੇ ਸਾਹਿਬਾਨ ਦੇ ਨਿਸ਼ਾਨ ਸਾਹਿਬ ਉਤਾਰ ਦਿੱਤੇ ਗਏ, ਉਹ ਫਿਰ ਗੁਰਦੁਆਰਾ ਨਹੀਂ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਪੰਗਤ ਦੀ ਪ੍ਰਥਾ ਬੰਦ ਕਰਤੀ, ਕਹਿੰਦੇ ਇੱਥੇ ਲੰਗਰ ਨਹੀਂ ਛਕਣ ਵਾਸਤੇ ਆਉਣਾ ਤੁਸੀਂ, ਇੱਥੇ ਕੇਵਲ ਭਗਤੀ ਕਰਨ ਵਾਸਤੇ ਆਉਣਾ, ਆਓ ਨਹੀਂ ਆਉਣਾ, ਅਤੇ ਨਾ ਉਹ ਲੰਗਰ ਨਹੀਂ ਹੈਗਾ ਸਾਡੇ ਕੋਲ। ਇਹ ਗੁਰੂ ਨਾਨਕ ਦੇ ਘਰ ਦੇ ਮੁੱਢਲੇ ਸਿਧਾਂਤ ਹੈ। ਇੱਥੇ ਦੇ ਗੁਰੂ ਅਮਰਦਾਸ ਨੇ ਕਿਹਾ ਸੀ, ਆਪਾਂ ਪਹਿਲੇ ਦਿਨ ਵਿਚਾਰਿਆ, ਪਹਿਲੇ ਪੰਗਤ ਪਾਛੈ ਸੰਗਤ। ਠੀਕ ਹੈ ਕਿ ਲੋੜ ਤੋਂ ਵੱਧ ਕੋਈ ਚੀਜ਼ ਨਹੀਂ ਚਾਹੀਦੀ, ਲੰਗਰ ਨੂੰ ਲੰਗਰ ਹੀ ਰਹਿਣਾ ਚਾਹੀਦਾ ਹੈ, ਕਿ ਉਹ ਦਾਲ ਫੁਲਕਾ ਹੋਵੇ ਜਾਂ ਕੇਵਲ ਅਤੇ ਕੇਵਲ ਸਾਦਾ ਹੋਵੇ, ਆਪਾਂ ਚਸਕਿਆਂ ਵਿੱਚ ਨਾ ਪਈਏ, ਲੇਕਿਨ ਲੰਗਰ ਗੁਰੂ ਘਰ ਦੀ ਮਰਿਆਦਾ ਹੈ। ਖਿਮਾ ਕਰਨਾ, ਅੱਜ ਦੇ ਸਮੇਂ 'ਚ ਲੰਗਰ ਬੰਦ ਕਰ ਦਿੱਤੇ, ਨਿਸ਼ਾਨ ਸਾਹਿਬ ਲਾ ਤੇ, ਫਿਰ ਵੀ ਕਹਿੰਦੇ ਗੁਰਦੁਆਰਾ ਹੈ। ਆਪਾਂ ਸੁਚੇਤ ਕਦੋਂ ਹੋਣਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਣਜੀਤ ਨਗਾਰਾ ਤਿਆਰ ਕਰਵਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਸ਼ਾਨ ਚਲਾਉਣੇ ਸ਼ੁਰੂ ਕੀਤੇ ਹੈ, ਸਿੱਖਾਂ ਨੂੰ ਹੁਕਮ ਕੀਤਾ। ਔਰੰਗਜ਼ੇਬ ਕਹਿੰਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ। ਮਹਾਰਾਜ ਨੇ ਭਰੇ ਦਰਬਾਰ ਦੇ ਵਿੱਚ ਇੱਕ ਐਲਾਨ ਕੀਤਾ। ਸਤਿਗੁਰੂ ਕਹਿਣ ਲੱਗੇ ਸਿੱਖੋ, ਜੇ ਮੇਰੇ ਦੀਦਾਰ ਕਰਨ ਵਾਸਤੇ ਆਉਣਾ ਹੈ ਤੇ ਫਿਰ ਸ਼ਸਤਰ ਧਾਰਨ ਕਰਕੇ ਆਇਓ, ਜਿਹੜਾ ਸ਼ਸਤਰ ਧਾਰਨ ਕਰਕੇ ਨਹੀਂ ਆਏਗਾ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਨਸੀਬ ਨਹੀਂ ਹੋਣਗੇ। ਆਪਾਂ ਇਤਿਹਾਸ ਦੇ ਬਚਨ ਪੜ੍ਹਦੇ ਹਾਂ,
ਬਿਨਾਂ ਸ਼ਸਤਰੰਗ ਕੇਸੰਗ ਨਰੰਗ ਭੇਟ ਜਾਨੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸ਼ਸਤਰਾਂ ਤੋਂ ਬਿਨਾਂ ਤਾਂ ਬੰਦਾ ਭੇਟ ਦੇ ਬਰਾਬਰ ਹੈ, ਭੇਟ ਨੂੰ ਕੰਨ ਤੋਂ ਫੜੋ ਜਿੱਧਰ ਮਰਜ਼ੀ ਲੈ ਜਾਓ। ਸਤਿਗੁਰੂ ਕਹਿਣ ਲੱਗੇ ਸ਼ਸਤਰ ਤੋਂ ਬਿਨਾਂ ਮਨੁੱਖ ਭੇਟ ਦੇ ਬਰਾਬਰ ਹੈ, ਬਿਨਾਂ ਸ਼ਸਤਰੰਗ ਕੇਸੰਗ ਨਰੰਗ ਭੇਟ ਜਾਨੋ ਗਹਿ ਕਾਨ ਤਾਂ ਕਿ ਕਿਤੇ ਲੈ ਸਧਾਨੋ, ਇਹ ਮੋਰੇ ਆਗਿਆ ਸੁਣੋ ਤੁਮ ਪਿਆਰੇ, ਬਿਨਾਂ ਕੇਸੰਗ ਤੇਗੰਗ ਦਿਉ ਨਾ ਦਿਦਾਰੇ, ਮੈਂ ਤੇਗ ਤੋਂ ਬਿਨਾਂ ਦਿਦਾਰ ਨਹੀਂ ਦਿਆਂਗਾ। ਜੇ ਸਾਡਾ ਸਿਧਾਂਤ ਹੀ ਤੇਗ 'ਤੇ ਟਿਕਿਆ ਹੋਇਆ ਹੈ, ਇੱਥੇ 'ਤੇ ਅਰਦਾਸ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁੱਖ, ਅਤੇ ਅਰਦਾਸ ਕਰਦਿਆਂ ਵੀ ਕਿਹਾ ਜਾਂਦਾ ਦੇਗ ਦਰ ਪ੍ਰਵਾਨ ਹੋਵੇ, ਅਤੇ ਕਹਿਣ ਨਾਲ ਪ੍ਰਵਾਨ ਨਹੀਂ ਹੁੰਦੀ ਜਿੰਨਾ ਚਿਰ ਤੇਗ ਭੇਟ ਨਾ ਕੀਤੀ ਜਾਏ। ਇੱਥੇ ਦੇਗ ਵੀ ਹੈ, ਇੱਥੇ ਤੇਗ ਵੀ ਹੈ, ਜੇ ਕੋਈ ਪਿਆਰ ਨਾਲ ਆਵੇ ਉਹਦੇ ਵਾਸਤੇ ਦੇਗ ਹੈ, ਜਿਹੜਾ ਚੜ ਕੇ ਆਵੇ ਉਹਦੇ ਵਾਸਤੇ ਤੇਗ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਸਿੱਖੋ ਜੇ ਸੰਸਾਰ 'ਚ ਸ਼ਾਂਤੀ ਹੋ ਸਕਦੀ ਹੈ ਨਾ, ਅਤੇ ਉਹ ਸ਼ਾਂਤੀ ਤੇਗ ਨਾਲ ਹੀ ਹੋ ਸਕਦੀ ਹੈ। ਮਹਾਰਾਜ ਕਹਿੰਦੇ ਜੇ ਸੰਤਾਂ ਨੂੰ ਸੁੱਖ ਦੇਣ ਵਾਲੀ ਕੋਈ ਚੀਜ਼ ਹੈ ਨਾ, ਉਹ ਤੇਗ ਹੀ ਹੈ। ਸੁੱਖ ਸੰਤਾਂ ਕਰਨੰਗ ਕਿਲ ਬਿਖ ਹਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪਿਰਤ ਪਾਰਨ ਜੈ ਤੇਗੰ, ਤੇਗ ਤੇਰੀ ਜੈ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਕਿਰਪਾਨ ਧਾਰਨ ਕਰੋ, ਕਿਰਪਾਨ ਪਾਣ ਧਾਰਿਅੰਗ ਕੋਟ ਪਾਪ ਟਾਰਿਅੰਗ, ਜਿਹੜਾ ਕਿਰਪਾਨ ਧਾਰਨ ਕਰੇਗਾ ਉਹਦੇ ਕਰੋੜਾਂ ਪਾਪ ਕੱਟੇ ਜਾਣਗੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸਿੱਖੋ ਸ਼ਸਤਰ ਧਾਰਨ ਕਰਕੇ ਆਇਓ। ਨਾਲੇ ਮਹਾਰਾਜ ਨੇ ਫਿਰ ਪਰਮਾਤਮਾ ਦੇ ਬਾਰੇ ਕਿਹਾ, ਕਹਿਣ ਲੱਗੇ ਰੱਬ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹ ਵੀ ਸ਼ਸਤਰਧਾਰੀ, ਉਹਨੇ ਆਪਣੇ ਹੱਥ ਵਿੱਚ ਖੰਡਾ ਫੜ ਕੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ। ਖੰਡਾ ਪ੍ਰਥਮੈ ਸਾਜਕ ਹੈ, ਜਿਨ ਸਭ ਸੰਸਾਰ ਉਪਾਇਆ, ਇਸ ਕਰਕੇ ਸਿੱਖੋ ਸ਼ਸਤਰਧਾਰੀ ਬਣੋ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਦੇ ਅਨੁਸਾਰ ਸਿੱਖਾਂ ਨੇ ਆਪਣੇ ਤਨ ਦੇ ਉੱਪਰ ਤੇਗਾਂ ਧਾਰਨ ਕਰ ਲਈਆਂ। ਹੁਣ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਾਰਿਆਂ ਦੇ ਵਾਸਤੇ ਸਾਂਝੇ ਲੰਗਰ ਚੱਲਦੇ ਆ, ਘਰ ਦੇ ਵਿੱਚ ਕੋਈ ਪ੍ਰਸ਼ਾਦਾ ਨਹੀਂ ਤਿਆਰ ਕਰਦਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੀਵਾਨ ਸੱਜਦਾ ਹੈ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖ ਜਿਹੜੇ ਸ਼ਸਤਰ ਵਿਦਿਆ ਖੇਡਦੇ ਹੈ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖ ਸ਼ਿਕਾਰ ਖੇਡਣ ਵਾਸਤੇ ਜਾਂਦੇ ਹੈ, ਕਿਧਰੇ ਸ਼ਸਤਰਾਂ ਦਾ ਅਭਿਆਸ ਹੋ ਰਿਹਾ ਹੈ, ਕਿਧਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਿੱਖ ਬੈਠੇ ਹੋਏ ਗੁਰਬਾਣੀ ਦੀਆਂ ਵਿਚਾਰਾਂ ਹੋ ਰਹੀਆਂ, ਦਿਨੋ ਦਿਨ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਮਹਾਰਾਜ ਨੇ ਇੱਕ ਗੱਲ ਸੋਚੀ, ਗੁਰਦੇਵ ਕਹਿੰਦੇ ਮੈਂ ਤਾਂ ਕੱਲ੍ਹ ਨੂੰ ਕਿਧਰੇ ਕੋਈ ਗੱਲ ਰਹਿ ਜਾਵੇ, ਲੋਕ ਕਹਿਣ ਇੱਦਾਂ ਨਾ ਹੁੰਦਾ, ਇੱਦਾਂ ਹੁੰਦਾ ਅਤੇ ਇਤਿਹਾਸ ਕੋਈ ਹੋਰ ਹੁੰਦਾ, ਕਹਿਣ ਵਾਲੇ ਕਹਿਣਗੇ। ਮਹਾਰਾਜ ਨੇ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਰਹਿਣ ਹੀ ਨਹੀਂ ਦਿੱਤਾ। ਔਰੰਗਜ਼ੇਬ ਜ਼ੁਲਮ ਕਰ ਰਿਹਾ ਹੈ ਗੈਰ ਮੁਸਲਮਾਨਾਂ ਦੇ ਉੱਪਰ, ਪਹਾੜੀ ਰਾਜੇ ਜਿਹੜੇ ਹਿੰਦੂ ਹੈ, ਦੂਜੇ ਪਾਸੇ ਮਰਾਠੇ ਲੋਕ ਜਿਹੜੇ ਹਿੰਦੂ ਹੈ, ਉਹ ਦੋਵੇਂ ਚੁੱਪ ਕਰਕੇ ਬੈਠੇ ਸਾਰਾ ਕੁਝ ਤਮਾਸ਼ਾ ਵੇਖ ਰਹੇ, ਬਰਦਾਸ਼ਤ ਕਰੀ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਇੱਕ ਵਾਰ ਇਹਨਾਂ ਦੇ ਨਾਲ ਵੀ ਵਿਚਾਰ ਕਰ ਹੀ ਲੈਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਰਵਾਲਸਰ ਦੀ ਧਰਤੀ ਦੇ ਉੱਪਰ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੂੰ ਸੁਨੇਹਾ ਭੇਜਿਆ। ਰਵਾਲਸਰ ਦੀ ਧਰਤੀ ਦੇ ਉੱਪਰ ਪਹਾੜੀ ਰਾਜਿਆਂ ਦੀ ਇੱਕ ਮੀਟਿੰਗ ਕੀਤੀ, ਇੱਕ ਇਕੱਤਰਤਾ ਕੀਤੀ ਹੈ। ਮਹਾਰਾਜ ਨੇ ਇਕੱਠੇ ਹੋਏ ਰਾਜਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ, ਇਹ ਸਾਰੇ ਪਹਾੜੀ ਰਾਜੇ ਉਹ ਸੀ ਜਿਨ੍ਹਾਂ ਨੂੰ
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ ਸੀ। ਇਹਨਾਂ ਰਾਜਿਆਂ ਦੇ ਵਿੱਚੋਂ ਹੀ ਇੱਕ ਰਾਜਾ ਸੀ ਤਾਰਾ ਚੰਦ। ਤਾਰਾ ਚੰਦ ਦਾ ਪੁੱਤਰ ਸੀ ਦੀਪ ਚੰਦ। ਦੀਪ ਚੰਦ ਦੀ ਪਤਨੀ ਹੈ ਰਾਣੀ ਚੰਪਾ। ਚੰਪਾ ਦੇ ਕੋਲੋਂ ਜ਼ਮੀਨ ਖਰੀਦ ਕੇ ਅਨੰਦਪੁਰ ਸਾਹਿਬ ਵਸਾਇਆ ਹੈ। ਅਤੇ ਇਸੇ ਦੀਪ ਚੰਦ ਦਾ ਪੁੱਤਰ ਸੀ ਭੀਮ ਚੰਦ। ਭੀਮ ਚੰਦ ਵੀ ਆਪਣੇ ਮਨ ਵਿੱਚ ਈਰਖਾ ਰੱਖਦਾ ਸੀ, ਪਰ ਉਹ ਗੁਰੂ ਗੋਬਿੰਦ ਸਿੰਘ 'ਤੇ ਚੜ੍ਹ ਕੇ ਨਹੀਂ ਆਇਆ। ਉਹਦੇ ਤੋਂ ਬਾਅਦ ਉਹਦਾ ਪੁੱਤਰ ਅਜਮੇਰ ਚੰਦ ਗੁਰੂ ਗੋਬਿੰਦ ਸਿੰਘ 'ਤੇ ਚੜ੍ਹ ਕੇ ਆਇਆ। ਅਕਿਰਤਕਾਣ ਹੋ ਗਏ, ਭਾਰੇ ਪੋਈ ਅਕਿਰਤਕਾਣ ਮੰਦੀ ਹੂ ਮੰਦੇ। ਇਹਨਾਂ ਰਾਜਿਆਂ ਦੇ ਵਡੇਰੇ ਜਿਹੜੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਿਹਾਅ ਕਰਵਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਪਹਾੜੀ ਰਾਜੇ ਰਾਜਪੂਤਾਂ ਦਾ ਇਕੱਠ ਕੀਤਾ। ਉਸ ਇਕੱਠ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਪਹਾੜੀ ਰਾਜਿਓ, ਰੱਬ ਦਾ ਸ਼ੁਕਰਾਨਾ ਕਰੋ, ਪਰਮਾਤਮਾ ਨੇ ਤੁਹਾਨੂੰ ਰਾਜ ਭਾਗ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਤੁਹਾਡੇ ਕੋਲ ਆਪਣੀ ਥੋੜ੍ਹੀ ਬਹੁਤ ਫੌਜ ਵੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਤੁਹਾਡੇ ਕੋਲ ਆਪਣਾ ਖਜ਼ਾਨਾ ਵੀ ਹੈ, ਤੁਹਾਡੇ ਕੋਲ ਤੁਹਾਡੀ ਪ੍ਰਜਾ ਹੈ, ਪ੍ਰਜਾ ਦੇ ਉੱਪਰ ਤੁਸੀਂ ਰਾਜ ਕਰਦੇ ਹੋ, ਤੁਸੀਂ ਰੱਬ ਦਾ ਸ਼ੁਕਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅਗਲਾ ਬਚਨ ਕਿਹਾ, ਪਹਾੜੀ ਰਾਜਿਓ, ਉਹ ਸਮੇਂ ਦੀ ਹਕੂਮਤ ਤੁਹਾਡੇ ਭਰਾਵਾਂ 'ਤੇ ਜ਼ੁਲਮ ਕਰ ਰਹੀ ਹੈ, ਤੁਸੀਂ ਸਾਰੇ ਤਮਾਸ਼ਬੀਨ ਬਣ ਕੇ ਵੇਖਦੇ ਪਏ ਹੋ। ਸਤਿਗੁਰੂ ਕਹਿਣ ਲੱਗੇ, ਮੈਂ ਕਿਸੇ ਮੰਦਰ 'ਚ ਵਿਸ਼ਵਾਸ 'ਤੇ ਨਹੀਂ ਰੱਖਦਾ, ਮੇਰਾ ਤਾਂ ਵਿਸ਼ਵਾਸ ਕਿਸੇ ਦੇਵੀ ਦੇਵਤੇ ਨਹੀਂ 'ਤੇ ਨਹੀਂ ਹੈਗਾ। ਮੈਂ ਨਾ ਗਣੇਸ਼ ਪ੍ਰਿਥੋਂ ਮਨਾਊ, ਕਿਸਨ ਬਿਸਨ ਕਭੂ ਨਾ ਧਿਆਊ, ਮੈਂ ਤਾਂ ਨਹੀਂ ਧਿਆਉਂਦਾ ਤੁਹਾਡੀਆਂ ਦੇਵੀ ਦੇਵਤਿਆਂ ਨੂੰ, ਪਰ ਤੁਹਾਡੇ ਦੇਵਤਿਆਂ ਦੀਆਂ ਮੂਰਤੀਆਂ ਸਮੇਂ ਦਾ ਹਾਕਮ ਆਪਣੇ ਪੈਰਾਂ 'ਚ ਰੋਲਦਾ ਪਿਆ ਹੈ, ਅਤੇ ਤੁਸੀਂ ਜਲੀਲ ਹੋ ਕੇ ਸਾਰਾ ਤਮਾਸ਼ਾ ਵੇਖਦੇ ਪਏ ਹੋ। ਖਿਮਾ ਕਰਿਓ, ਮੈਨੂੰ ਸ਼ਬਦ ਕਹਿਣਾ ਪਏਗਾ। ਬੱਸੀ ਪਠਾਣਾ ਦਾ ਹਾਕਮ ਇਹ ਗੱਲ ਕਹਿ ਰਿਹਾ ਸੀ ਕਿ ਜੇ ਸਨਾਤਨੀ ਹਿੰਦੂ ਤਾਂ ਘਰ ਦੇ ਵਿੱਚ ਵਿਆਹ ਹੁੰਦਾ ਹੈ, ਪਹਿਲਾਂ ਡੋਲਾ ਮੇਰੇ ਘਰ ਦੇ ਵਿੱਚ ਆਏਗਾ। ਮਹਾਰਾਜ ਕਹਿੰਦੇ, ਐਦੋਂ ਭਰੀ ਜਲਾਲਤ ਭਰੀ ਜ਼ਿੰਦਗੀ ਤੁਸੀਂ ਕਿਵੇਂ ਜੀ ਸਕਦੇ ਹੋ? ਪਾਵਨ ਗੁਰਬਾਣੀ ਨੇ ਸਾਨੂੰ ਇੱਕ ਗੱਲ ਦਰਸਾਈ ਹੈ। ਮਹਾਰਾਜ ਕਹਿੰਦੇ, ਜਲੀਲ ਹੋ ਕੇ ਜੀਣ ਨਾਲੋਂ ਮਰ ਜਾਣਾ ਪ੍ਰਵਾਨ ਹੈ। ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕੇ ਸਿਖਾਏ। ਹਰਾਮ ਹੈ ਤੇਰੇ ਵਾਸਤੇ ਖਾਣਾ ਅਤੇ ਪੀਣਾ ਪਹਿਨਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਉਹ ਪਹਾੜੀ ਰਾਜਿਓ, ਤੁਹਾਨੂੰ ਜਲੀਲ ਕੀਤਾ ਜਾ ਰਿਹਾ ਹੈ। ਅਤੇ ਇੰਨੇ ਗਿਰੇ ਹੋਏ ਪਹਾੜੀ ਰਾਜੇ ਆਪਣੇ ਘਰੋਂ ਮੁਗਲ ਹਾਕਮਾਂ ਨੂੰ ਡੋਲੇ ਦੇ ਕੇ ਆਪਣਾ ਰਾਜ ਬਚਾ ਕੇ ਬੈਠੇ ਹੋਏ ਸਨ। ਮਹਾਰਾਜ ਕਹਿਣ ਲੱਗੇ, ਪਹਾੜੀ ਰਾਜਿਓ, ਤੁਸੀਂ ਮੇਰੇ ਨਾਲ ਤੁਰੋ, ਮੇਰਾ ਸਾਥ ਦਿਓ। ਮੈਂ ਚਾਹੁੰਦਾ ਹਾਂ ਤੁਹਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਦਿਆਂ, ਅਤੇ ਇਹ ਜਿਹੜੇ ਬਾਹਰੋਂ ਆਣ ਕੇ ਹਾਕਮ ਮੁਗਲ ਤੁਹਾਡੇ 'ਤੇ ਜ਼ੁਲਮ ਕਰ ਰਹੇ, ਭਾਰਤੀ ਪ੍ਰਜਾ 'ਤੇ ਜ਼ੁਲਮ ਕਰ ਰਹੇ ਨੇ, ਇਹਨਾਂ ਨੂੰ ਇੱਥੋਂ ਉਖੇੜ ਕੇ ਮੈਂ ਤੁਹਾਨੂੰ ਰਾਜ ਭਾਗ ਦੇ ਮਾਲਕ ਬਣਾ ਦਿਆਂਗਾ, ਤੁਸੀਂ ਮੇਰਾ ਸਾਥ ਦਿਓ। ਹੁਣ ਜੇ ਆਪਾਂ ਸੋਚੀਏ ਤਾਂ ਸੱਚਮੁੱਚ ਪਹਾੜੀ ਰਾਜਿਆਂ ਨੂੰ ਸਾਥ ਦੇਣਾ ਤਾਂ ਬਣਦਾ ਸੀ ਨਾ, ਪਰ ਉਹ ਮੁਕਰ ਹੋ ਗਏ, ਮੁਕਰ ਗਏ। ਕਹਿਣ ਲੱਗੇ, ਮਹਾਰਾਜ, ਸਾਡੀ ਅਤੇ ਤੁਹਾਡੀ ਬਣ ਨਹੀਂ ਆ ਸਕਦੀ। ਮਹਾਰਾਜ ਕਹਿੰਦੇ, ਕਿਉਂ? ਕਹਿੰਦੇ, ਦੇਖੋ ਜੀ, ਜਿਹੜੇ ਸ਼ੂਦਰ ਨੇ, ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਹੈ, ਦੇਖੋ ਪਹਿਲੇ ਦਿਨ ਵਿਚਾਰ ਇਸ ਗੱਲ ਤੋਂ ਆਰੰਭ ਕੀਤੀ ਸੀ, ਸਾਰੀ ਲੜਾਈ ਦੀ ਜੜ੍ਹ ਹੀ ਇਹ ਹੈ। ਉਹ ਕਹਿੰਦੇ, ਇਹਨਾਂ ਨੀਚ ਲੋਕਾਂ ਨੂੰ ਆਪਣੇ ਬਰਾਬਰ ਨਾ ਬਿਠਾਓ,
ਤੁਸੀਂ ਇਹਨਾਂ ਨੂੰ ਬਰਾਬਰ ਪੰਗਤ 'ਚ ਬਿਠਾ ਤਾ, ਤੁਸੀਂ ਇਹਨਾਂ ਦੇ ਹੱਥਾਂ 'ਚ ਸ਼ਸਤਰ ਫੜਾ ਤੇ, ਤੁਸੀਂ ਇਹਨਾਂ ਨੂੰ ਲੜਨ ਲਾ ਤਾ। ਮਹਾਰਾਜ, ਇਹ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ, ਇਹ ਗਰੀਬ ਗੁਰਦੇ ਲੋਕ, ਇਹ ਕੰਮੀ ਅਤੇ ਕਮੀਨੇ ਲੋਕ ਸਾਡੇ ਘਰਾਂ 'ਚ ਕੰਮ ਕਰਨ ਵਾਸਤੇ ਰੱਖੇ ਹੈ, ਇਹ ਸਾਡੇ ਬਰਾਬਰ ਘੋੜਿਆਂ 'ਤੇ ਚੜ੍ਹਨ ਵਾਸਤੇ ਥੋੜ੍ਹੀ ਰੱਖੇ ਹੈ। ਮਹਾਰਾਜ, ਇਹਨਾਂ ਦਾ ਸਾਥ ਛੱਡ ਦਿਓ, ਅਸੀਂ ਤੁਹਾਡਾ ਸਾਥ ਦਿਆਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਸਮਝਾਇਆ। ਮਹਾਰਾਜ ਕਹਿਣ ਲੱਗੇ, ਸਾਰਿਆਂ 'ਚ ਖੂਨ ਇੱਕੋ ਜਿਹਾ ਹੈ, ਰੱਬ ਨੇ ਸਾਰਿਆਂ ਨੂੰ ਪੰਜ ਤੱਤਾਂ ਦਾ ਬਣਾਇਆ ਹੈ, ਇਸ ਕਰਕੇ ਇਹਨਾਂ 'ਚ ਅਤੇ ਸਾਡੇ 'ਚ ਕੀ ਫਰਕ ਹੈ? ਪਹਾੜੀ ਰਾਜੇ ਨਹੀਂ ਮੰਨਿਆ। ਮਹਾਰਾਜ, ਜਾਂ ਇਹਨਾਂ ਦਾ ਸਾਥ ਛੱਡ ਦਿਓ, ਜੇ ਇਹਨਾਂ ਦਾ ਸਾਥ ਨਹੀਂ ਛੱਡਦੇ, ਇਹਨਾਂ ਨੂੰ ਤੁਸੀਂ ਬਰਾਬਰ ਬਿਠਾਉਣੋਂ ਨਹੀਂ ਹਟਦੇ, ਤਾਂ ਫਿਰ ਅਸੀਂ ਤੁਹਾਡਾ ਸਾਥ ਨਹੀਂ ਦਿਆਂਗੇ। ਮਹਾਰਾਜ ਦੇ ਵਾਰ ਵਾਰ ਕਹਿਣ ਦੇ ਉੱਪਰ ਵੀ ਪਹਾੜੀ ਰਾਜੇ ਜਦੋਂ ਨਾ ਮੰਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਰੋਹ ਦੇ ਵਿੱਚ ਆ ਗਏ, ਸਤਿਗੁਰੂ ਬੀਰ ਰਸ ਵਿੱਚ ਆਏ, ਉੱਠ ਕੇ ਸੰਘਾਸਨ ਤੋਂ ਖੜ੍ਹੇ ਹੋ ਗਏ, ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰ ਲਿਆ, ਹਵਾ ਦੇ ਵਿੱਚ ਲਹਿਰਾਉਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ, ਉਹ ਪਹਾੜੀ ਰਾਜੇ, ਹੋ ਤੁਸੀਂ ਰਾਜੇ ਨਹੀਂ, ਤੁਸੀਂ ਗਿੱਦੜ ਬਣ ਚੁੱਕੇ ਹੋ। ਇਹ ਬਚਨ ਕੇਵਲ ਗੁਰੂ ਗੋਬਿੰਦ ਸਿੰਘ ਕਹਿ ਸਕਦਾ ਹੈ। ਮਹਾਰਾਜ ਕਹਿਣ ਲੱਗੇ, ਪਹਾੜੀ ਰਾਜੇ, ਹੋ ਤੁਸੀਂ ਰਾਜੇ ਨਹੀਂ, ਤੁਸੀਂ ਪਹਾੜਾਂ ਦੇ ਕੀੜੇ ਬਣ ਕੇ ਰਹਿ ਗਏ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪਹਾੜੀ ਰਾਜੇ, ਹੋ ਇੱਕ ਗੱਲ ਚੇਤੇ ਰੱਖਿਓ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿ ਕੇ ਦੁਰਕਾਰਦੇ ਹੋ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕੋਈ ਹੱਕ ਨਹੀਂ ਹੈ, ਆਹ ਗੋਬਿੰਦ ਸਿੰਘ ਵਾਅਦਾ ਕਰਕੇ ਚੱਲਿਆ ਹੈ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਇਹਨਾਂ ਦੇ ਵਿੱਚੋਂ ਮੈਂ ਪਾਤਸ਼ਾਹ ਪੈਦਾ ਕਰਕੇ ਜਾਵਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਸਾਡੇ ਬਰਾਬਰ ਨਹੀਂ ਬੈਠ ਸਕਦੇ, ਮੈਂ ਇਹਨਾਂ ਨੂੰ ਸਰਦਾਰ ਬਣਾ ਕੇ ਜਾਵਾਂਗਾ। ਮਹਾਰਾਜ ਕਹਿਣ ਲੱਗੇ, ਇਹਨਾਂ ਨੂੰ ਮੈਂ ਰਾਜ ਕਰਨ ਦੀ ਜਾਚ ਸਿਖਾ ਕੇ ਜਾਵਾਂਗਾ। ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਕਿਹਾ, ਗਿਆਨੀ ਗਿਆਨ ਸਿੰਘ ਲਿਖਦੇ ਹੈ, ਮਹਾਰਾਜ ਕਹਿੰਦੇ, ਜਿਨ ਕੀ ਜਾਤ ਵਰਨ ਕੁਲ ਮਾਹੀ, ਸਿਰਦਾਰੀ ਨਾ ਭਏ ਕਦਾਹੀ, ਇਨ ਹੀ ਕੋ ਸਰਦਾਰ ਬਣਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਮਹਾਰਾਜ ਕਹਿੰਦੇ, ਤੁਸੀਂ ਕਹਿੰਦੇ ਹੋ ਨਾ ਵੀ ਕਥਾ ਕਰਨ ਦਾ ਹੱਕ ਕੇਵਲ ਪੰਡਿਤ ਨੂੰ ਹੀ ਹੈ, ਵਿਦਵਾਨ ਪੰਡਿਤ ਹੀ ਹੋ ਸਕਦਾ ਹੈ, ਸਿੱਖਿਆ ਪੰਡਿਤ ਹੀ ਦੇ ਸਕਦਾ ਹੈ। ਮਹਾਰਾਜ ਕਹਿਣ ਲੱਗੇ, ਫਿਰ ਇਹ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਇਹਨਾਂ 'ਚੋਂ ਵਿਦਵਾਨ ਪੈਦਾ ਕਰ ਦਿਆਂਗਾ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਇਹਨਾਂ 'ਚੋਂ ਰਾਜੇ ਪੈਦਾ ਕਰ ਦਿਆਂਗਾ, ਇਨ ਹੀ ਤੇ ਪੰਡਿਤ ਉਪਜਾਊਂ, ਕਥਾ ਕਰਨ ਕੀ ਰੀਤ ਚਲਾਊਂ, ਇਨ ਹੀ ਤੇ ਰਾਜੇ ਉਪਜਾਊਂ, ਰਾਜ ਕਰਨ ਕੀ ਰੀਤ ਚਲਾਊਂ। ਸਤਿਗੁਰੂ ਨੇ ਦਾਅਵੇ ਨਾਲ ਇੱਕ ਗੱਲ ਆਖੀ ਸੀ, ਮਹਾਰਾਜ ਕਹਿਣ ਲੱਗੇ, ਇਨ ਗਰੀਬ ਸਿੱਖਣ ਕੋ ਦੈ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮਹਾਰਾਜ ਕਹਿਣ ਲੱਗੇ, ਇਹਨਾਂ ਗਰੀਬ ਲੋਕਾਂ ਨੂੰ ਪਾਤਸ਼ਾਹੀਆਂ ਦੇ ਕੇ ਜਾਵਾਂਗਾ, ਇਹ ਲੋਕ ਯਾਦ ਕਰਿਆ ਕਰਨਗੇ। ਅਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪਹਾੜੀ ਰਾਜਿਆਂ ਦੇ ਉਸ ਮੀਟਿੰਗ ਇਕੱਤਰਤਾ ਦੇ ਵਿੱਚੋਂ ਉੱਠ ਕੇ ਆ ਗਏ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਮੁੱਚ ਉਹ ਸਾਰਾ ਕੁਝ ਕਰਕੇ ਵਿਖਾਇਆ। ਲੋਕਾਂ ਦੇ ਵਿੱਚ ਅਣਖ ਭਰੀ, ਸਵੈ ਮਾਣ ਭਰਿਆ, ਗੈਰਤ ਭਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਵਿੱਚ ਵੀਰਤਾ ਭਰੀ। ਮੰਨ ਲਓ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਕੀ ਸੀ? ਇਹ ਤਾਂ ਗਰੀਬ ਗੁਰਦੇ ਲੋਕ ਵਿਚਾਰੇ, ਇਹਨਾਂ ਦੇ ਕੋਲ ਜਾਂ ਦਾਤਰੀ ਹੁੰਦੇ ਸੀ ਅਤੇ ਜਾਂ ਰੰਬੀ ਹੁੰਦੀ ਸੀ ਘਾਹ ਖੋਦਣ ਵਾਸਤੇ, ਅਤੇ ਜਦੋਂ ਕੋਈ ਮੁਸਲਮਾਨ ਹਾਕਮ ਲੰਘਦਾ ਸੀ ਅਤੇ ਇਹਨਾਂ ਵਾਸਤੇ ਹਦਾਇਤ ਸੀ ਕਿ ਆਪਣੀ ਰੰਬੀ, ਆਪਣੀ ਦਾਤਰੀ, ਜੋ ਵੀ ਹੱਥ 'ਚ ਸ਼ਸਤਰ ਫੜਿਆ ਹੈ, ਥੱਲੇ ਰੱਖ ਕੇ ਝੁੱਕ ਝੁੱਕ ਕੇ ਸਲਾਮਾਂ ਕਰਨਾ। ਇਹ ਲੋਕਾਂ ਦੇ ਵਾਸਤੇ ਤਾਂ ਇੱਦਾਂ ਦੀਆਂ ਕਹਾਵਤਾਂ ਬਣ ਗਈਆਂ ਸੀ। ਇਹ ਲੋਕ ਕਹਿੰਦੇ ਸੀ, ਅਸੀਂ ਨਹੀਂ ਲੜ ਸਕਦੇ। ਭਾਰਤ ਦੇ ਲੋਕ ਇਹ ਕਹਿੰਦੇ ਸੀ, ਸਾਡਾ ਕੰਮ ਤੱਕੜੀਆਂ ਤੋਲਣਾ ਹੈ,
ਅਸੀਂ ਤੇ ਚਿੜੀਆਂ ਤੋਂ ਡਰਨ ਵਾਲੇ ਲੋਕ ਹਾਂ, ਨੰਗੀ ਕਰਦ ਨਹੀਂ ਕਦੇ ਫੜ ਸਕਦੇ। ਤੁਸੀਂ ਕਹਿੰਦੇ ਹੋ ਮੁਗਲਾਂ ਨਾਲ ਲੜਨਾ ਹੈ, ਇਹਨਾਂ ਦੀ ਹਾਲਤ ਇੱਦਾਂ ਦੀ ਸੀ, ਕਾਮ ਹਮਾਰਾ ਤੋਲਣ ਤੱਕੜੇ, ਨੰਗੀ ਕਰਦ ਕਬੇ ਨੇ ਪਕੜੇ, ਚਿੜੀ ਉਡੈ ਡਰ ਸੇ ਮਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਅਸੀਂ ਕਿੱਦਾਂ ਲੜ ਸਕਦੇ ਹਾਂ। ਮਹਾਰਾਜ ਨੇ ਇਹਨਾਂ ਦੇ ਵਿੱਚ ਹੀ ਵੀਰਤਾ ਭਰੀ, ਅਣਖ ਭਰੀ, ਗੈਰਤ ਭਰੀ, ਸਵੈਮਾਨ ਭਰਿਆ। ਅਤੇ ਜਦੋਂ ਉਹਨਾਂ ਦੇ ਹੱਥਾਂ 'ਚ ਤੇਗਾਂ ਪਕੜਾਈਆਂ ਨਾ, ਜਿਹੜੇ ਪਹਿਲਾਂ ਕਹਿੰਦੇ ਸੀ ਅਸੀਂ ਲੜ ਨਹੀਂ ਸਕਦੇ, ਭਾਰਤ ਦੇ ਗੁਲਾਮ ਬਣੇ ਲੋਕ ਸੀ, ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣ ਕੇ ਕਹਿ ਰਹੇ ਸੀ, ਅਬ ਤੋ ਧਰ ਦੂੰਗਾ ਏਕ ਏਕ ਕੋ ਸ਼ਮਸ਼ੀਰ ਕੇ ਆਗੇ, ਰੱਖ ਦੂੰਗਾ ਬਾਜ ਜਿਗਰ ਸੀਨਾ ਚੀਰ ਕੇ ਆਗੇ, ਦੁਨੀਆ ਝੁਕੀ ਫਿਰਦੀ ਹੈ ਤਕਦੀਰ ਕੇ ਆਗੇ, ਅਬ ਤਕਦੀਰ ਝੁੱਕ ਜਾਏਗੀ ਗੁਰੂ ਗੋਬਿੰਦ ਸਿੰਘ ਕੀ ਸ਼ਮਸ਼ੀਰ ਕੇ ਆਗੇ। ਮਹਾਰਾਜ ਨੇ ਤਕਦੀਰਾਂ ਬਦਲ ਕੇ ਰੱਖ ਦਿੱਤੀਆਂ। ਸੱਚ ਹੈ ਖਿਮਾ ਕਰਨਾ, ਇਸ ਦੇਸ਼ ਦੀ ਤਕਦੀਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਦਲੀ ਹੈ। ਇਹ ਦੇਸ਼ ਦੇਸ਼ ਨਾ ਹੋਤਾ ਜੇ ਗੁਰੂ ਦਸ਼ਮੇਸ਼ ਨਾ ਹੋਤਾ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਦੇਸ਼ ਇੱਦਾਂ ਦਾ ਹੁੰਦਾ ਕਿਤੇ? ਇਹ ਭਾਰਤ ਦੇ ਲੋਕ ਇੱਦਾਂ ਦੇ ਹੁੰਦੇ ਜਿਹੜੇ ਅੱਜ ਮੰਦਰਾਂ 'ਚ ਟੱਲ ਖੜਕਾਉਂਦੇ ਹੈ? ਮੈਨੂੰ ਮਾਫ ਕਰ ਦੇਣਾ, ਸੱਚ ਹੈ ਅੱਜ ਦੀ ਪੰਜਾਬ ਦੀ ਹਕੂਮਤ ਸਿੱਖੋ ਤੁਹਾਡੇ ਘਰਾਂ 'ਚੋਂ ਹਥਿਆਰ ਚੁੱਕ ਕੇ ਲੈ ਗਈ, ਸ਼ਸਤਰ ਕਿਰਪਾਨਾਂ ਦਾਤਰੀਆਂ ਕੁਹਾੜੀਆਂ ਚੁੱਕ ਕੇ ਲੈ ਗਈਆਂ, ਸਾਰੇ ਆਪਾਂ ਮੂਕ ਦਰਸ਼ਕ ਬਣ ਕੇ ਖੜੇ ਰਹੇ, ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ। ਸੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਕੜਾਈਆਂ ਤੇਗਾਂ ਸੀ, ਤੁਹਾਡੇ ਘਰਾਂ 'ਚੋਂ ਪੰਜਾਬ ਦੀ ਸਰਕਾਰ ਚੁੱਕ ਕੇ ਲੈ ਗਈ, ਕੋਈ ਨਹੀਂ ਬੋਲਿਆ। ਇੰਨੇ ਕੁ ਜ਼ਿਆਦੇ ਅੱਜ ਅਸੀਂ ਨਿਜਤਾ ਦੇ ਵਿੱਚ ਧੱਸ ਚੁੱਕੇ ਹਾਂ, ਪੰਥ ਦੇ ਕਾਰਜ ਵਾਸਤੇ ਕੋਈ ਨਹੀਂ ਬੋਲਦਾ। ਅੱਜ ਸਿੱਖ ਦੇ ਹੱਥ ਵਿੱਚ ਫੜੀ ਹੋਈ ਤੇਗ ਹਕੂਮਤ ਨੂੰ ਚੁਭਦੀ ਹੈ, ਅਤੇ ਸੱਚ ਜਾਣਿਓ ਜੇ ਤੇਗ ਨਾ ਹੁੰਦੀ, ਇਹ ਨਾ ਦੇਸ਼ ਹੁੰਦਾ ਨਾ ਸੰਵਿਧਾਨ ਹੁੰਦਾ। ਇਸ ਖਿੱਤੇ ਦੇ ਬਾਰੇ ਕਵੀ ਸੰਤੋਖ ਸਿੰਘ ਇੱਕ ਬੜਾ ਪਿਆਰਾ ਬਚਨ ਲਿਖਦੇ ਹੈ, ਉਹ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਦੇਸ਼ ਦਾ ਨਕਸ਼ਾ ਭਲਾ ਕਿੱਦਾਂ ਦਾ ਹੁੰਦਾ? ਉਹ ਕਹਿਣ ਲੱਗੇ ਇਦਾਂ ਦਾ ਹੋਣਾ ਸੀ ਕਿ ਇਸ ਸਾਰੇ ਖਿੱਤੇ ਦੇ ਵਿੱਚ ਲੋਕਾਂ ਦੇ ਹੱਥਾਂ ਵਿੱਚ ਕੁਰਾਨ ਹੁੰਦੀ, ਮੰਦਰਾਂ 'ਚ ਟੱਲ ਨਾ ਖੜਕਦੇ, ਚਾਰੇ ਪਾਸੇ ਮਸਜਿਦ ਹੁੰਦੀ, ਸਾਰਿਆਂ ਦੀ ਸੁਨਤ ਹੁੰਦੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਇੱਦਾਂ ਦੀ ਹਾਲਾਤ ਹੋਣੇ ਸੀ, ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ, ਪਾਪਾਂ ਦਾ ਇੱਥੇ ਰਾਜ ਹੁੰਦਾ, ਪਾਪ ਹੀ ਪ੍ਰਪੱਕ ਜਾਤੇ, ਧਰਮ ਤਸੱਕ ਜਾਤੇ, ਵਰਨ ਗਰਕ ਜਾਤੇ, ਸਹਿਤ ਬਦਾਨ ਕੀ, ਦੇਵੀ ਦੇਵ ਦੋਹਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋਪੇ ਕਰੁਣਾ ਨਿਧਾਨ ਕੀ। ਜੇ ਕਿਰਪਾ ਦਾ ਖਜ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤੇ ਮੰਦਰਾਂ ਦੇ ਵਿੱਚ ਟੱਲ ਨਾ ਖੜਕਦੇ, ਕੇਵਲ ਤੇ ਕੇਵਲ ਇੱਥੇ ਮਸਜਿਦ ਹੁੰਦੀ। ਤਾਂ ਹੀ ਬੁੱਲੇ ਸ਼ਾਹ ਨੇ ਇੱਕ ਗੱਲ ਕਹੀ ਸੀ, ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ, ਅਗਰ ਪੀਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਸੁਨਤ ਦਾ ਭਾਵ ਔਰੰਗਜ਼ੇਬ ਸੁੰਨੀ ਮੁਸਲਮਾਨ ਸੀ, ਸਾਰਿਆਂ ਦੀ ਸੁਨਤ ਹੋਣੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦੇ ਵਿੱਚ ਅਣਖ ਗੈਰਤ ਸਵੈਮਾਨ ਭਰੇ। ਜਦੋਂ ਸਤਿਗੁਰੂ ਨੇ ਇਹ ਸਾਰੀਆਂ ਕਾਰਵਾਈਆਂ ਕਰਨੀਆਂ ਸ਼ੁਰੂ ਕੀਤੀਆਂ ਨਾ, ਮੈਂ ਨਾਲ ਹੀ ਇੱਕ ਹੋਰ ਬੇਨਤੀ ਕਰਦਿਆਂ, ਸਮੇਂ ਦਾ ਹਾਕਮ ਔਰੰਗਜ਼ੇਬ ਕਹਿੰਦਾ ਕੋਈ ਮੇਰੇ ਰਾਜ ਵਿੱਚ ਸੰਗੀਤ ਨਹੀਂ ਗਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੰਗੀਤ ਦੀਆਂ ਗੱਲਾਂ ਕਰਦੇ ਹੋ, 52 ਕਵੀ ਰੱਖੇ ਮਹਾਰਾਜ ਨੇ ਆਪਣੇ ਦਰਬਾਰ 'ਚ,
ਰੋਜ਼ ਕਵਿਤਾਵਾਂ ਗਾਈਆਂ ਜਾਂਦੀਆਂ, ਰੋਜ਼ ਗਾਈਆਂ ਜਾਂਦੀਆਂ, ਵੀਰ ਰਸ ਦੀਆਂ ਗੱਲਾਂ ਹੁੰਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਹੈ। ਉਸ ਵੇਲੇ ਦੇ ਨਾਲ ਨਾਮ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਮੇਰੀ ਰਿਆਸਤ ਦੇ ਵਿੱਚ ਆਣ ਕੇ ਚਰਨ ਪਾਓ, ਕਿਉਂਕਿ ਗੜਵਾਲ ਦਾ ਜਿਹੜਾ ਰਾਜਾ ਫਤਿਹ ਸ਼ਾਹ ਸੀ ਨਾ, ਫਤਿਹ ਸ਼ਾਹ ਦੇ ਕੋਲ ਤਾਕਤ ਜ਼ਿਆਦਾ ਸੀ, ਉਹਨੇ ਧੱਕੇ ਦੇ ਨਾਲ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਜਿਹੜਾ ਸੀ ਕਬਜ਼ੇ ਵਿੱਚ ਕਰ ਲਿਆ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨਾਨ ਰਿਆਸਤ ਦੇ ਵਿੱਚ ਗਏ, ਸਤਿਗੁਰੂ ਨੇ ਸਮਝੌਤਾ ਕਰਵਾ ਦਿੱਤਾ ਅਤੇ ਸਮਝੌਤਾ ਕਰਾਉਣ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਨਵਾਂ ਨਗਰ ਵਸਾਇਆ, ਜਮਨਾ ਦੇ ਕੰਢੇ ਦੇ ਉੱਪਰ ਰਮਣੀਕ ਥਾਂ ਜਿੱਥੇ ਸਤਿਗੁਰੂ ਨੇ ਪਾਉਂ ਪੈਰ ਟਿਕਾਏ, ਚਰਨ ਟਿਕਾਏ, ਉਹਦਾ ਨਾਂ ਪਾਉਂਟਾ ਸਾਹਿਬ ਪੈ ਗਿਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਅੰਦਰ ਉੱਥੇ ਕਈ ਸਾਧੂ ਪੁਰਸ਼ ਬੈਠੇ ਹੋਏ ਹੈ, ਜਿਹੜੇ ਔਰੰਗਜ਼ੇਬ ਦੇ ਸਤਾਏ ਅਤੇ ਡਰਦੇ ਮਾਰੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ 52 ਕਵੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਸ਼ਸਤਰਧਾਰੀ ਗੁਰੂ ਕੇ ਸਿੱਖ ਹੈ, ਪਹਾੜੀ ਰਾਜਿਆਂ ਦੇ ਕੋਲੋਂ ਸਾਰਾ ਕੁਝ ਬਰਦਾਸ਼ਤ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਇੱਕ ਰਾਜਾ ਆਇਆ, ਇਹਦਾ ਨਾਂ ਰਾਜਾ ਰਤਨ ਰਾਏ ਹੈ। ਰਾਜੇ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੁਝ ਕੀਮਤੀ ਭਿਟਾਵਾਂ ਅਰਪਿਤ ਕੀਤੀਆਂ। ਉਹਨਾਂ ਦੇ ਵਿੱਚ ਇੱਕ ਪ੍ਰਸਾਦੀ ਹਾਥੀ ਹੈ, ਜਿਹੜਾ ਹਾਥੀ ਸਾਰੇ ਦਾ ਸਾਰਾ ਕਾਲਾ ਹੈ ਅਤੇ ਇਹਦੇ ਨੱਕ ਤੋਂ ਲੈ ਕੇ ਅਤੇ ਪੂਛ ਤੱਕ, ਸੁੰਡ ਤੋਂ ਲੈ ਕੇ ਪੂਛ ਤੱਕ ਇੱਕ ਚਿੱਟੇ ਰੰਗ ਦੀ ਧਾਰੀ ਹੈ। ਇਹ ਹਾਥੀ ਇੰਨਾ ਸਿਖਾਇਆ ਹੋਇਆ ਹੈ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਚਲਾਉਂਦੇ ਦੌੜ ਕੇ ਜਾਂਦਾ, ਤੀਰ ਚੁੱਕ ਕੇ ਲਿਆਉਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੁੰਦੇ ਚਰਨ ਧਵਾਉਂਦਾ ਹੈ, ਸਤਿਗੁਰੂ ਬੈਠਦੇ ਇਹ ਚੌਰ ਕਰਦਾ, ਇੰਨਾ ਸਿਖਾਇਆ ਹੋਇਆ ਪ੍ਰਸਾਦੀ ਹਾਥੀ। ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ 5 ਕਲਾ ਸ਼ਸਤਰ ਭੇਟ ਕੀਤਾ, ਇੱਕ ਬਟਨ ਨੱਪਿਆ ਜਾਂਦਾ ਉਹ ਇੱਕ ਸ਼ਸਤਰ ਬਣ ਜਾਂਦਾ, ਦੂਜਾ ਬਟਨ ਨੱਪਿਆ ਜਾਂਦਾ ਦੂਜਾ ਸ਼ਸਤਰ ਬਣ ਜਾਂਦਾ, 5 ਕਲਾ ਸ਼ਸਤਰ ਹੈ। ਮਹਾਰਾਜ ਦੇ ਦਰਬਾਰ ਵਿੱਚ ਚੰਦਨ ਦੀ ਚੌਂਕੀ ਹੈ, ਸਤਿਗੁਰੂ ਦੇ ਪਾਵਨ ਸੀਸ ਦੇ ਉੱਪਰ ਹੀਰਿਆਂ ਜਿਹੜਾ ਚੰਦੋਵਾ ਸ਼ੋਭਦਾ ਹੈ। ਜਦੋਂ ਇਹ ਸਾਰਾ ਕੁਝ ਪਹਾੜੀ ਰਾਜੇ ਵੇਖਦੇ ਨਾ, ਈਰਖਾ ਦੀ ਅੱਗ ਵਿੱਚ ਸੜ ਜਾਂਦੇ। ਇਹ ਸਾਰਾ ਕੁਝ ਤਾਂ ਸਾਡੇ ਕੋਲ ਹੋਣਾ ਚਾਹੀਦਾ, ਅਸੀਂ ਰਾਜੇ ਮਹਾਰਾਜੇ ਹਾਂ। ਗੁਰੂ ਗੋਬਿੰਦ ਸਿੰਘ ਇੱਕ ਕੇਵਲ ਧਾਰਮਿਕ ਗੁਰੂ ਹੈ, ਉਹਨਾਂ ਦੇ ਮਨ ਵਿੱਚ ਈਰਖਾ ਹੈ। ਆਖਿਰਕਾਰ ਉਹ ਈਰਖਾ ਸਹਿਜੇ ਸਹਿਜੇ ਜੰਗ ਦਾ ਰੂਪ ਧਾਰਨ ਕਰ ਗਏ। ਉਸ ਵੇਲੇ ਦੇ ਨਾਲ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹਮਲਾ ਕਰਨ ਦੀ ਤਿਆਰੀ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਜਾਣਦੇ ਹੈ, ਮਹਾਰਾਜ ਜਾਣਦੇ ਹੈ ਕਿ ਪਹਾੜੀ ਰਾਜੇ ਇੱਕ ਦਿਨ ਚੜ੍ਹ ਕੇ ਆਉਣਗੇ, ਸਤਿਗੁਰੂ ਨੇ ਤਿਆਰੀ ਕਰ ਰੱਖੀ ਹੋਈ ਹੈ। ਦੂਸਰੇ ਪਾਸੇ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚੋਂ 500 ਪਠਾਨ ਜਿਹੜੇ ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਹੁਣ ਨੌਕਰੀ ਤੋਂ ਕੱਢੇ ਹੋਏ 500 ਪਠਾਣਾਂ ਨੂੰ ਕੋਈ ਰੱਖਣ ਵਾਸਤੇ ਤਿਆਰ ਨਹੀਂ। ਉਹ ਵਿਚਾਰੇ ਪਠਾਨ ਲਾੜੀ ਸਕਦੇ ਸੀ, ਫੌਜ 'ਚ ਭਰਤੀ ਹੋ ਸਕਦੇ ਸੀ, ਹੋਰ ਕੁਝ ਤੋਂ ਕਰ ਨਹੀਂ ਸੀ ਸਕਦੇ, ਕਿਉਂਕਿ ਜਿਹੜਾ ਜਿਹਦਾ ਕਿੱਤਾ ਹੈ ਨਾ, ਜਿਹੜਾ ਜਿਹਦਾ ਕੰਮ ਹੈ, ਉਹ ਬੰਦਾ ਉਹੀ ਕੰਮ ਕਰ ਸਕਦਾ, ਦੂਜਾ ਕੰਮ ਨਹੀਂ ਕਰ ਸਕਦਾ। ਹੁਣ 500 ਪਠਾਨ ਤਰਲੇ ਮਾਰਦੇ ਫਿਰਨ, ਕੀ ਕੀਤਾ ਜਾਏ? ਪਹਾੜੀ ਰਾਜਿਆਂ ਨੇ ਰੱਖਿਆ, ਕਿਸੇ ਮੁਗਲ ਹਾਕਮ ਨੇ ਨਹੀਂ ਰੱਖਿਆ, ਔਰੰਗਜ਼ੇਬ ਦੇ ਕੱਢੇ ਹੋਇਆਂ ਨੂੰ ਕੌਣ ਰੱਖੇ? ਡਰ ਹੈ ਔਰੰਗਜ਼ੇਬ ਦਾ। ਉਹਨਾਂ ਨੇ ਜਾ ਕੇ ਪੀਰ ਬੁੱਧੂ ਸ਼ਾਹ ਨੂੰ ਬੇਨਤੀ ਕੀਤੀ। ਪੀਰ ਬੁੱਧੂ ਸ਼ਾਹ ਦਾ ਨਾਂ ਪੀਰ ਬਦਰੋਦੀਨ ਹੈ, ਆਪਾਂ ਉਹਨੂੰ ਬੁੱਧੂ ਸ਼ਾਹ ਕਹਿੰਦੇ ਹਾਂ। ਉਹ ਬੜਾ ਇੱਕ ਪਹੁੰਚਿਆ ਹੋਇਆ ਫਕੀਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਣ ਕੇ ਉਹਨੇ ਦੀਦਾਰ ਕੀਤੇ, ਅਤੇ ਦੀਦਾਰ ਕੀਤੇ ਬੜੀ ਛੋਟੀ ਜਿਹੀ ਉਮਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ।
ਉਹਦਾ ਚਿੱਤ ਕਰੇ ਮੱਥਾ ਟੇਕਾਂ, ਫਿਰ ਹੰਕਾਰ ਕਵੇ ਨਾ ਨਾ ਨਿੱਕਾ ਜਿਹਾ ਗੁਰੂ ਹੈ, ਇਹਨੂੰ ਕਿੱਦਾਂ ਮੱਥਾ ਟੇਕਾਂ। ਆਖਿਰਕਾਰ ਉਹਨੇ ਸਵਾਲ ਕੀਤਾ, ਕਹਿਣ ਲੱਗਿਆ ਮਹਾਰਾਜ ਰੱਬ ਦਾ ਮਿਲਾਪ ਕਿੱਦਾਂ ਦਾ ਹੁੰਦਾ ਹੈ? ਮਹਾਰਾਜ ਕਹਿੰਦੇ ਜਿਵੇਂ ਦਿਨ ਤੇ ਰਾਤ ਦਾ ਹੁੰਦਾ। ਕਹਿੰਦਾ ਜੀ ਇਹ ਕਿੱਦਾਂ ਦਾ ਜਵਾਬ ਹੋਇਆ? ਮਹਾਰਾਜ ਕਹਿੰਦੇ ਰੱਬ ਦਾ ਮਿਲਾਪ ਇੱਦਾਂ ਦਾ ਹੁੰਦਾ ਹੈ, ਜਦੋਂ ਦਿਨ ਚੜ੍ਹਦਾ ਹੈ ਅਤੇ ਰਾਤ ਜਿਹੜੀ ਹੈ ਨਾ ਉਹ ਦਿਨ ਦੇ ਵਿੱਚ ਮਿਲ ਜਾਂਦੀ ਹੈ, ਅਤੇ ਜਦੋਂ ਰਾਤ ਪੈਂਦੀ ਹੈ ਦਿਨ ਕਿਤੇ ਜਾਂਦਾ ਨਹੀਂ ਉਹ ਰਾਤ ਦੇ ਵਿੱਚ ਮਿਲ ਜਾਂਦਾ ਹੈ। ਇੱਦਾਂ ਹੀ ਰੱਬ ਦੇ ਵਿੱਚ ਮਨੁੱਖ ਜਿਹੜਾ ਇੱਕਮਿੱਕ ਹੋ ਜਾਂਦਾ ਹੈ, ਜਿਵੇਂ ਦਿਨ 'ਚ ਰਾਤ ਇੱਕਮਿੱਕ ਹੁੰਦੀ ਹੈ। ਉਹਨੂੰ ਬੜੀ ਮਨ ਨੂੰ ਸ਼ਾਂਤੀ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੁੱਕ ਗਿਆ, ਐਸੀ ਸਾਂਝ ਬਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਉਹਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਔਰੰਗਜ਼ੇਬ ਦਾ ਕੱਢਿਆ ਹੋਇਆ 500 ਪਠਾਨ, ਮਹਾਰਾਜ ਉਹਨੂੰ ਰੱਖਣ ਵਾਸਤੇ ਕੋਈ ਤਿਆਰ ਨਹੀਂ ਹੈ, ਤੁਸੀਂ ਕਿਰਪਾ ਕਰਕੇ ਆਪਣੀ ਫੌਜ 'ਚ ਭਰਤੀ ਕਰ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ 500 ਪਠਾਨ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ। ਹੁਣ ਜਦੋਂ ਪਹਾੜੀ ਰਾਜੇ ਚੜ੍ਹ ਕੇ ਆਏ ਅਤੇ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਜਿੰਨੀਆਂ ਵੀ ਜੰਗਾਂ ਲੜੀਆਂ, ਲਗਭਗ ਜਿਸ ਮੈਦਾਨ ਵਿੱਚ ਜੰਗ ਲੜੀ ਜਾਣੀ ਹੈ ਉਸ ਮੈਦਾਨ ਦੀ ਚੋਣ ਮਹਾਰਾਜ ਨੇ ਆਪ ਕੀਤੀ ਹੈ। ਹੁਣ ਇੱਥੇ ਵੀ ਮਹਾਰਾਜ ਰਹਿੰਦੇ ਪੌਂਡਾ ਸਾਹਿਬ ਸੀ, ਭੰਗਾਣੀ ਦੇ ਮੈਦਾਨ ਦੀ ਚੋਣ ਮਹਾਰਾਜ ਨੇ ਆਪ ਕੀਤੀ ਹੈ। ਇੱਥੋਂ ਤੱਕ ਅਨੰਦਪੁਰ ਛੱਡਣ ਤੋਂ ਬਾਅਦ ਵੀ ਚਮਕੌਰ ਦੀ ਗੜੀ ਦੀ ਚੋਣ ਮਹਾਰਾਜ ਨੇ ਆਪ ਕੀਤੀ ਹੈ, ਖਦਰਾਣੇ ਦੀ ਢਾਬ ਦੀ ਚੋਣ ਮਹਾਰਾਜ ਨੇ ਆਪ ਕੀਤੀ ਹੈ। ਮਹਾਰਾਜ ਨੇ ਇਹ ਜ਼ਰੂਰ ਦੇਖਿਆ ਵੀ ਜੰਗ ਲੜਨਾ ਕਿੱਥੇ ਹੈ। ਸਤਿਗੁਰੂ ਨੇ ਭੰਗਾਣੀ ਦੇ ਮੈਦਾਨ ਦੇ ਵਿੱਚ ਮੋਰਚੇ ਕੱਢ ਲਏ। ਜਦੋਂ ਉਹ 500 ਪਠਾਣਾਂ ਨੂੰ ਪਤਾ ਲੱਗਾ ਵੀ ਸਾਹਮਣੇ ਉਹ ਪਹਾੜੀ ਰਾਜੇ ਚੜ੍ਹ ਕੇ ਆ ਰਹੇ ਹੈ, ਪਹਾੜੀ ਰਾਜਿਆਂ ਨੇ ਇਸ਼ਾਰਾ ਕੀਤਾ, ਉਹਨਾਂ 500 ਪਠਾਣਾਂ ਦੇ ਵਿੱਚੋਂ 400 ਪਠਾਨ ਜਿਹੜਾ ਸੀ ਉਹ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਪਹਾੜੀ ਰਾਜਿਆਂ ਦੇ ਨਾਲ ਜਾ ਕੇ ਮਿਲ ਗਿਆ। ਉਹ ਵੀ ਕਿਰਤ ਕਹਾਣੀ ਨਿਕਲੇ, ਤਨਖਾਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਲੈਂਦੇ ਰਹੇ। ਜਦੋਂ ਲੜਨ ਦਾ ਸਮਾਂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਦੌੜ ਗਏ। ਕੇਵਲ ਇੱਕੋ ਹੀ ਪਠਾਨ ਜਿਹੜਾ ਸੀ ਕਾਲੇ ਖਾਨ ਦੀ ਅਗਵਾਈ ਦੇ ਹੇਠ 100 ਸਿਪਾਹੀ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਰਿਹਾ, ਬਾਕੀ ਸਾਰੇ ਭੱਜ ਗਏ। ਅਤੇ ਉਸ ਵੇਲੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬਹੁਤ ਸਾਧੂ ਪੁਰਸ਼ ਵੀ ਬੈਠੇ ਹੋਏ ਸੀ, ਕਈ ਜੜਾਵਾਂ ਵਧਾਉਣ ਵਾਲੇ, ਕਈ ਸਾਧੂ ਜਿਹੜੇ ਧੂਣੀਆਂ ਤੌਣ ਵਾਲੇ, ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਰਹਿੰਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਜੰਗ ਹੋਣ ਲੱਗਾ ਹੈ, ਉਹ ਵੀ ਕੇਵਲ ਅਤੇ ਕੇਵਲ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਰਹਿੰਦੇ ਸੀ, ਉਹ ਵੀ ਸਾਰੇ ਛੱਡ ਕੇ ਭੱਜ ਗਏ, ਕੇਵਲ ਇੱਕੋ ਹੀ ਬਚਿਆ ਹੈ, ਇੱਕੋ ਹੀ ਸਾਧੂ ਬਚਿਆ, ਬਾਕੀ ਸਾਰੇ ਦੌੜ ਗਏ, ਪਠਾਨ ਵੀ ਦੌੜ ਗਏ। ਪੀਰ ਬਦਰੋਦੀਨ ਬੁੱਧੂ ਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਾ, ਜਿਹੜੇ ਮੈਂ ਮੁਰੀਦ, ਜਿਹੜੇ ਮੈਂ ਸਿਪਾਹੀ ਗੁਰੂ ਗੋਬਿੰਦ ਸਿੰਘ ਦੇ ਕੋਲ ਭਰਤੀ ਕਰਾਏ ਉਹ ਸਾਰੇ ਛੱਡ ਕੇ ਦੌੜ ਗਏ, ਹੁਣ ਕੀ ਕੀਤਾ ਜਾਏ? ਉਹਨਾਂ ਨੇ ਉਸ ਵੇਲੇ ਆਪਣੇ 700 ਮਰੀਦ ਅਤੇ ਨਾਲ 4 ਆਪਣੇ ਪੁੱਤਰ ਨਾਲ ਲਏ, ਤੁਰੰਤ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਹਾਜ਼ਰ ਹੋਏ। ਮਹਾਰਾਜ ਜੇ 400 ਪਠਾਨ ਛੱਡ ਕੇ ਦੌੜ ਗਿਆ, ਆ ਮੇਰਾ 700 ਮਰੀਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਆ ਮੇਰੇ 4 ਪੁੱਤਰ ਸੇਵਾ ਦੇ ਵਿੱਚ ਹਾਜ਼ਰ ਹੈ। ਭੰਗਾਣੀ ਦਾ ਜੰਗ ਸ਼ੁਰੂ ਹੋਇਆ ਹੈ। ਇੱਕ ਪਾਸੇ ਫਤਿਹ ਸ਼ਾਹ ਦੀਆਂ ਫੌਜਾਂ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰਜੀਵੜੇ ਸਿੱਖ। ਖਿਮਾ ਕਰਨਾ, ਇਹ ਸਿੱਖਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਗਵਾਈ ਦੇ ਹੇਠ ਪਹਿਲੀ ਜੰਗ ਹੈ। ਸਿੱਖਾਂ ਨੇ ਬੜੀ ਬਹਾਦਰੀ ਦੇ ਨਾਲ ਤੇਗ ਚਲਾਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਦੇ ਪੁੱਤਰ ਅਜੀਤ ਮੱਲ ਸੰਘੋ ਸ਼ਾਹ ਬੜੀ ਬਹਾਦਰੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਲੜ ਰਹੇ ਸਨ। ਗੁਰੂ ਦੇ ਮਰਜੀਵੜੇ ਸਿੱਖ ਲੜ ਰਹੇ ਸਨ, ਭਾਈ ਜੈਤਾ ਜੀ ਵਰਗੇ ਸਿੱਖ ਲੜ ਰਹੇ ਸਨ।
ਅਤੇ ਫਿਰ ਉਸ ਵੇਲੇ ਦੇ ਨਾਲ ਇੱਥੋਂ ਤੱਕ ਹਲਵਾਈ ਜਿਹੜਾ ਹੈ ਉਹ ਆਪਣੀ ਹਲਵਾਈ ਦਾ ਕੰਮ ਛੱਡ ਕੇ ਅਤੇ ਉਹ ਵੀ ਜਾ ਕੇ ਜੰਗ ਦੇ ਮੈਦਾਨ ਵਿੱਚ ਲੜਦਾ ਪਿਆ ਹੈ। ਇਸ ਜੰਗ ਦੇ ਵਿੱਚ ਲੜਦਿਆਂ ਲੜਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੂਆ ਦੇ ਪੁੱਤਰ ਅਜੀਤ ਮੱਲ ਅਤੇ ਸੰਗੋ ਸ਼ਾਹ ਸ਼ਹੀਦ ਹੋ ਗਏ। ਇਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦ ਹੋ ਗਏ। ਕੁਝ ਹੋਰ ਬੇਅੰਤ ਸਿੱਖ ਜਿਹੜੇ ਸਨ ਸ਼ਹਾਦਤ ਦਾ ਜਾਮ ਪੀ ਗਏ, ਪਰ ਜਿੰਨੀ ਬਹਾਦਰੀ ਦੇ ਨਾਲ ਸਿੱਖ ਲੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿੱਤ ਹੋ ਗਈ ਅਤੇ ਫਤਿਹ ਸ਼ਾਹ ਉਹਦੀਆਂ ਫੌਜਾਂ ਵਾਪਸ ਦੌੜੀਆਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਕਈ ਜਿਹੜੇ ਰਾਜੇ ਅਤੇ ਰਾਜਿਆਂ ਦੀਆਂ ਫੌਜਾਂ ਜਿਹੜੀਆਂ ਸੀ ਉਹ ਮਾਰੀਆਂ ਗਈਆਂ, ਹਿਆਤ ਖਾਂ ਵਰਗਿਆਂ ਦੇ ਸਿਰ ਭੰਨ ਦਿੱਤੇ ਗਏ। ਜਦੋਂ ਜਿੱਤ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਆਣ ਕੇ ਬੇਨਤੀ ਕਰਕੇ ਕਿਹਾ, ਮਹਾਰਾਜ ਤੁਹਾਨੂੰ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਭਈ, ਜੀਤ ਮੇਰੀ ਕਿਰਪਾ ਅਕਾਲ ਕੇਰੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਸਿੱਖਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਕਿਉਂਕਿ ਇਹ ਉਸ ਵੇਲੇ ਦੇ ਨਾਲ ਵੱਡੀ ਤਾਕਤ ਦੇ ਨਾਲ ਇਹ ਪਹਿਲੀ ਜਿੱਤ ਹੋਈ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਨੇ ਅਤੇ ਉਸ ਵੇਲੇ ਦੇ ਨਾਲ ਪੀਰ ਬੁੱਧੂ ਸ਼ਾਹ ਜੀ ਆਉਂਦੇ ਹੈ। ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਨੂੰ ਜਾਣ ਦੀ ਇਜਾਜ਼ਤ ਬਖਸ਼ਿਸ਼ ਕਰਿਓ, ਦੋ ਪੁੱਤਰ ਸ਼ਹੀਦ ਹੋ ਚੁੱਕੇ ਹੈ, ਮਹਾਰਾਜ ਮੈਨੂੰ ਘਰ ਜਾਣ ਦੀ ਆਗਿਆ ਬਖਸ਼ਿਸ਼ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਪੀਰ ਜੀ ਅਫਸੋਸ ਹੈ, ਤੁਹਾਡੇ ਦੋ ਪੁੱਤਰ ਸ਼ਹੀਦ ਹੋ ਗਏ। ਅਤੇ ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਨਹੀਂ ਮਹਾਰਾਜ ਅਫਸੋਸ ਨਹੀਂ, ਤੁਹਾਡੀ ਖਾਤਰ ਕੌਮ ਦੀ ਖਾਤਰ ਮਹਾਰਾਜ ਸ਼ਹੀਦ ਹੋ ਗਏ, ਉਹ ਤੁਹਾਡੇ ਘਰ ਦੇ ਵਿੱਚ ਪ੍ਰਵਾਨ ਚੜ ਕੇ ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪੀਰ ਜੀ ਕੁਝ ਮੰਗ ਲਓ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਸਿੱਖ ਕਿਸੇ ਕੌਮ ਦਾ ਵਿਰੋਧੀ ਨਹੀਂ ਹੈ, ਖਿਮਾ ਕਰਿਓ। ਜਦੋਂ ਕਿਹਾ ਜਾਂਦਾ ਨਾ ਇਸਲਾਮ ਦੇ ਵਿਰੋਧੀ, ਇਹ ਤਾਂ ਬਹੁਤਾ ਕਰਕੇ ਇਹ ਭਾਰਤ ਦੀ ਬਹੁ ਗਿਣਤੀ ਨੇ ਇਸਲਾਮ ਨਾਲ ਲੜਾ ਲੜਾ ਕੇ ਮਰਵਾ ਦਿੱਤੇ। ਇੱਥੇ ਤਾਂ ਕਿਹਾ ਗਿਆ 47 ਵੇਲੇ ਕਿ ਤਿਲ ਜਿਹੜੇ ਬਾਂਹ ਨੂੰ ਲੱਗ ਜਾਣੇ, ਇੰਨੀਆਂ ਸਹੁੰ ਖਾਲੇ ਮੁਗਲ ਜਿਹੜਾ ਹੈ ਅਤੇ ਉਹਦੇ 'ਤੇ ਵਿਸ਼ਵਾਸ ਨਹੀਂ ਕਰਨਾ, ਖਿਮਾ ਕਰਨ ਨੂੰ ਇਹਨਾਂ 'ਤੇ ਕਰਨਾ ਹੈ। ਸਭ ਤੋਂ ਵੱਧ ਨੁਕਸਾਨ ਇੰਨੇ ਕਿਰਤਕਾਂ ਲੋਕ ਇਹ ਕਿਵੇਂ ਹੋ ਸਕਦੇ ਹੈ ਜਿਨ੍ਹਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ਼ਹਾਦਤ ਦਿੱਤੀ, 11 ਸਾਲਾਂ ਬਾਅਦ ਹੀ ਉਹ ਹਮਲਾ ਕਰਨ ਵਾਸਤੇ ਸਭ ਤੋਂ ਪਹਿਲਾਂ ਆਏ। ਕੋਈ ਇੱਕ ਧਿਰ ਨਹੀਂ ਮਾੜੀ, ਸੱਚਮੁੱਚ ਕਈ ਮਨੁੱਖ ਮਾੜੇ ਹੋ ਸਕਦੇ ਹੈ। ਉਹ ਇਸਲਾਮ ਦੇ ਵਿੱਚ ਹੀ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਖਾਤਰ ਆਪਣੇ ਪੁੱਤਰ ਸ਼ਹੀਦ ਕਰਾ ਰਿਹਾ ਹੈ। ਅਗਲੇਰੇ ਦਿਨਾਂ ਦੇ ਵਿੱਚ ਜਾ ਕੇ ਵਿਚਾਰਾਂਗੇ, ਮੁਸੀਬਤ ਦੇ ਵੇਲੇ ਕੋਟਲਾ ਨਿਹੰਗ ਖਾਂ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਵਿੱਚ ਬਿਠਾ ਰਿਹਾ ਹੈ। ਗਣੀ ਖਾਂ ਨਬੀ ਖਾਂ ਅੱਤ ਦੀ ਮੁਸੀਬਤ ਦੇ ਸਮੇਂ ਵਿੱਚ ਗੁਰੂ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਕੋਈ ਮਜ਼ਹਬ ਮਾੜਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪੀਰ ਜੀ ਕੁਝ ਮੰਗ ਲਓ। ਕਹਿਣ ਲੱਗਿਆ, ਮਹਾਰਾਜ ਕੁਝ ਨਹੀਂ, ਜੇ ਤਰੁੱਠੇ ਹੋ ਆਹ ਜਿਹੜਾ ਕੰਘਾ ਕੇਸਾਂ ਦੇ ਵਿੱਚ ਕਰਦੇ ਪਏ, ਕੇਸਾਂ ਸਮੇਤ ਮੇਰੀ ਝੋਲੀ ਦੇ ਵਿੱਚ ਪਾ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੇਸਾਂ ਸਮੇਤ ਉਹ ਕੰਘਾ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤਾ, ਨਾਲੇ ਸਤਿਗੁਰੂ ਨੇ ਆਪਣੀ ਦਸਤਾਰ ਦੇ ਨਾਲੋਂ ਪਾੜ ਕੇ ਇੱਕ ਸਿਰਪਾਉ ਜਿਹੜਾ ਸੀ ਉਹ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤਾ। ਸਿੱਖੋ ਮੈਨੂੰ ਖਿਮਾ ਕਰ ਦਿਓ, ਜਿੱਥੇ ਕੋਈ ਰਾਜਨੀਤਿਕ ਚਾਰਕ ਬੰਦੇ ਇਕੱਠੇ ਹੁੰਦੇ ਹੈ, ਦੇਹ ਪੀਲੇ ਰੰਗ ਦੇ ਸਰੋਪੇ ਤੇ ਸੋਨਿਹਾਲ ਦੇ ਜਕਾਰੇ, ਖਿਮਾ ਕਰ ਦਿਓ, ਪੁੱਤ ਸ਼ਹੀਦ ਕਰਾਉਣ ਤੋਂ ਬਾਅਦ ਵਿੱਚ ਜਾ ਕੇ ਮਿਲਦੇ ਹੈ, ਇੱਦਾਂ ਥੋੜ੍ਹੀ ਮਿਲਦੇ ਹੈ ਕਿਤੇ।
ਉਹੀ ਮੈਨੂੰ ਖਿਮਾ ਕਰਦੇ ਹੋ ਮੁੜ ਕੇ, ਉਹ ਜਿਨ੍ਹਾਂ ਦੇ ਗਲਾਂ ਵਿੱਚ ਪਾਏ ਹੁੰਦੇ ਹੈ, ਉਹ ਨਸ਼ੇ ਖਾਣ ਵਾਲੇ, ਉਹ ਤੇੜ ਬੰਨੀ ਫਿਰਦੇ, ਉਹਨਾਂ ਨੂੰ ਪਤਾ ਹੀ ਨਹੀਂ ਕੁਛ ਵੀ ਸਰੋਪੇ ਦੀ ਮਹਾਨਤਾ ਕੀ ਹੈ। ਸੰਕੋਚਨ ਦਾ ਯਤਨ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਨੂੰ ਬਖਸ਼ਿਸ਼ ਕੀਤਾ ਹੈ। ਪੀਰ ਜੀ ਆਪਣੇ ਘਰ ਗਏ, ਪੀਰ ਬੁੱਧੂ ਸ਼ਾਹ ਦੀ ਪਤਨੀ ਹੈ ਨਸੀਰਾਂ, ਨਸੀਰਾਂ ਨੇ ਕਿਹਾ ਪੀਰ ਜੀ ਆ ਗਏ ਹੋ। ਪੀਰ ਬੁੱਧੂ ਸ਼ਾਹ ਨੇ ਉਹ ਜਿਹੜੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਮਿਲੀ ਹੈ ਨਾ, ਉਹ ਝੋਲੀ ਦੇ ਵਿੱਚ ਪਾਉਂਦਿਆਂ ਕਿਹਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਤ ਦਿੱਤੀ, ਬਖਸ਼ਿਸ਼ ਕੀਤੀ ਹੈ। ਅਤੇ ਨਸੀਰਾਂ ਕਹਿਣ ਲੱਗੀ ਕਿ ਮੇਰੇ ਪੁੱਤਰ ਕਿੱਥੇ ਹੈ? ਪੀਰ ਬੁੱਧੂ ਸ਼ਾਹ ਕਹਿਣ ਲੱਗੇ, ਕਹਿੰਦੇ ਦੋ ਪੁੱਤਰ ਤਾਂ ਮੈਂ ਨਾਲ ਲੈ ਕੇ ਆ ਗਿਆ, ਅਤੇ ਦੋ ਪੁੱਤਰ ਜਿਹੜੇ ਹੈ ਉਹ ਧਰਮ ਦੀ ਆਣ ਬਾਣ ਅਤੇ ਸ਼ਾਨ ਦੇ ਲਈ ਆਪਣਾ ਆਪ ਕੁਰਬਾਨ ਕਰਕੇ। ਖਿਮਾ ਕਰਨਾ, ਨਸੀਰਾਂ ਧਾਹਾਂ ਮਾਰ ਕੇ ਰੋਣ ਲੱਗੇ। ਪੀਰ ਬੁੱਧੂ ਸ਼ਾਹ ਨੇ ਹੌਂਸਲਾ ਦਿੱਤਾ, ਨਸੀਰਾਂ ਰੋਈ ਦਾ ਨਹੀਂ ਹੁੰਦਾ, ਜਿਹੜੇ ਸ਼ਹੀਦ ਹੋ ਜਾਣ ਸ਼ਹੀਦਾਂ ਨੂੰ ਨਹੀਂ ਰੋਇਆ ਜਾਂਦਾ। ਨਸੀਰਾਂ ਉੱਠ ਕੇ ਕਹਿਣ ਲੱਗੀ, ਕਹਿੰਦੀ ਜਿਹੜੇ ਸ਼ਹੀਦ ਹੋ ਗਏ ਮੈਂ ਉਹਨਾਂ ਨੂੰ ਥੋੜ੍ਹੀ ਰੋਨੀ ਹਾਂ, ਮੈਂ ਇਹ ਕਹਿਣਾ ਚਾਹੁੰਦੀ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਜੇ ਤੁਸੀਂ ਦੋ ਆਪਣੇ ਦਰ 'ਤੇ ਪ੍ਰਵਾਨ ਕਰ ਲਏ ਸੀ, ਆ ਦੋ ਵਾਪਸ ਕਿਉਂ ਭੇਜ ਦਿੱਤੇ? ਇਹ ਵੀ ਆਪਣੇ ਦਰ 'ਤੇ ਪ੍ਰਵਾਨ ਕਰ ਲੈਣੇ ਸੀ। ਇੱਦਾਂ ਦਾ ਪ੍ਰੇਮ, ਇੱਦਾਂ ਦੀ ਭਾਵਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੀਰ ਜੀ ਦੇ ਨਾਲ ਸੱਚਮੁੱਚ ਉਹ ਜਿਹੜੀ ਬੜੀ ਬਣੀ ਸਾਂਝ ਸੀ ਉਹਨੂੰ ਨਿਭਾਇਆ। ਬਾਅਦ ਵਿੱਚ ਜਾ ਕੇ ਪੀਰ ਬੁੱਧੂ ਸ਼ਾਹ ਨੂੰ ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਜਿਹੜਾ ਸੀ ਸ਼ਹੀਦ ਕੀਤਾ, ਅਤੇ ਬਾਅਦ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਲੋਕਾਂ ਨੂੰ ਕੀਤੀ ਦਾ ਫਲ ਭੁਗਤਾਇਆ ਜਿਨ੍ਹਾਂ ਨੇ ਪੀਰ ਜੀ ਦੇ ਉੱਪਰ ਜ਼ੁਲਮ ਕੀਤੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਪਾਉਂਟਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਵਾਪਸ ਆ ਜਾਂਦੇ ਹੈ। ਇੱਥੇ ਆਣ ਕੇ ਦੁਬਾਰਾ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਰੌਣਕਾਂ ਲੱਗ ਜਾਂਦੀਆਂ। ਫਿਰ ਸਤਿਗੁਰੂ ਨੇ ਕਿਹੜੇ ਕਿਹੜੇ ਕਾਰਜ ਕੀਤੇ